ਬਾਪੂ ਜੀ ਕਿਤੇ ਚੱਲੇ ਹੋ, ਤਿਆਰ ਜੇ ਹੋਗੇ? ਹਾਂ ਪੁੱਤ, ਮੈਂ ਸ਼ਹਿਰ ਜਾਂਦਾ ਸੀ, ਉਹ ਆਰਤੀ ਨੂੰ ਹਿਸਾਬ ਕਰਕੇ ਆਉਂਦਾ ਥੋੜਾ ਜਿਹਾ। ਬਾਪੂ ਜੀ, ਜੇ ਮੈਂ ਤੁਹਾਨੂੰ ਫੋਨ ਤੇ ਆ ਨੋਟਿਸ ਜੇ ਭੇਜਦਾ, ਤੁਸੀਂ ਕਾਪੀ ਕਢਵਾ ਕੇ ਲਿਆ ਦੋਗੇ ਦੀ? ਹਾਂ ਪੁੱਤ, ਭੇਜ ਦੇ। ਕਿਵੇਂ ਕਢਾਉਣੇ ਪੈਣਗੇ ਮੈਂ ਦੱਸ ਦੇ। ਤੁਸੀਂ ਕੋਈ ਨਾ ਦੁਕਾਨ ਵਾਲੇ ਨਾਲ ਮੇਰੀ ਜਾ ਕੇ ਗੱਲ ਕਰਵਾ ਦੇ, ਮੈਂ ਉਹਨੂੰ ਸਮਝਾ ਦੂੰਗੀ। ਠੀਕ ਹੈ, ਉਹ WhatsApp ਨੰਬਰ WhatsApp ਚਲਾ ਲਿਆ ਸ਼ਨੀ ਨੇ, ਚਲਾਤਾ ਜੀ ਮੇਰੇ WhatsApp। ਹਾਂ ਮੈਨੂੰ ਪਤਾ ਗਾ, ਤੇ ਮੈਂ ਤੁਹਾਨੂੰ ਸੈਂਡ ਕਰ ਦੂੰਗੀ, ਤੁਸੀਂ ਕਢਵਾ ਲਿਆਇਓ। ਲੈ ਪੁੱਤ, ਉਹ ਤਾਂ ਮੈਂ ਕਢਵਾ ਲਿਆਉਂਗਾ, ਤੂੰ ਧਿਆਨ ਨਾ ਪੜੀ ਤੇ ਗੌਰ ਨਾ ਪੜੀ। ਲੈ ਤੈਨੂੰ ਮੈਂ ਕਹਿਣਾ ਨੌਕਰੀ ਲਵਾਉਣਾ ਤੇ ਨੌਕਰੀ ਲਵਾਉਣਾ ਹੀ ਆ, ਤੇਰੀ ਮਾਂ ਵੀ ਨਾ ਸੁਣਦੀ ਹੋਵੇ। ਠੀਕ ਆ? ਓਹੋ ਬਾਪੂ ਜੀ, ਕਿਉਂ ਟੈਨਸ਼ਨ ਲਈ ਆ ਤੁਸੀਂ? ਮੈਂ ਇਸੇ ਕਰਕੇ ਦਿਨ ਰਾਤ ਇੱਕ ਕਰ ਰੱਖੀ ਹੈ ਪੜ੍ਹਾਈ ਨੂੰ। ਲੈ ਕਹਿੰਦਾ ਤੇਰੀ ਮਾਂ ਨੂੰ ਨਾ ਪਤਾ ਲੱਗ ਜੇ। ਮਾਂ ਨੂੰ ਤਾਂ ਪਤਾ ਲੱਗ ਗਿਆ, ਕੋਈ ਨਾ ਜਾ ਤਾਂ ਸਹੀ ਤੂੰ, ਮੈਂ ਕਰਾਉਣੀਆਂ ਇਹਦੀਆਂ ਪੜ੍ਹਾਈਆਂ, ਲੱਗਦਾ ਪੜ੍ਹਾਈਆਂ ਦਾ। ਤੇ ਨਾਲੇ ਗੱਲ ਇੱਕ ਹੋਰ ਹੈ, ਜੇ ਤੇਰੀ ਮਾਂ ਤੈਨੂੰ ਬੋਲਿਆ ਕਰਨਾ ਚੁੱਪ ਕਰ ਜਾਏਗਾ, ਸੁਣ ਲਿਆ ਕਰ। ਉਹਦਾ ਕੀ ਹੈ, ਬੋਲ ਪੜਾਕਾ, ਬੋਲੀ ਜਾਂਦੀ ਹੈ ਬੋਲੀ ਜਾਂਦੀ ਹੈ, ਕਿਵੇਂ ਬਾਂਦਰ ਨੇ ਚਾਬੀ ਦੇ ਕੇ ਛੱਡਿਆ ਹੁੰਦਾ, ਉਹ ਗੱਲ ਆਉਣੀ। ਚੱਲ ਕੋਈ ਗੱਲ ਨਹੀਂ ਬਾਪੂ ਜੀ, ਤੁਸੀਂ ਟੈਨਸ਼ਨ ਨਾ ਲਓ, ਮੈਂ ਨਹੀਂ ਬੋਲਦੀ। ਉਹ ਦੱਸਾਂ ਮੈਂ ਵੀ ਖੇਤ ਕਿਉਂ ਨਹੀਂ ਜਾਂਦਾ, ਆ ਤੁਹਾਡੇ ਕਲੇਸ਼ ਕਰਕੇ। ਹੈਂ, ਜੇ ਮੈਂ ਇੱਥੇ ਰਹਾਂ ਨਾ ਫਿਰ ਤਾਂ ਕਲੇਸ਼ ਕਰਦੀ ਨਹੀਂ, ਜਦੋਂ ਮੈਂ ਵਗ ਜਾਂਦਾ ਨਾ ਉਹਦੀ ਕਲੇਸ਼ ਪਾ ਕੇ ਬਹਿ ਜਾਂਦੀ, ਇਸ ਕਰਕੇ ਮੈਂ ਖੇਤ ਵੀ ਨਹੀਂ ਜਾਂਦਾ। ਓਹੋ ਕੋਈ ਗੱਲ ਨਹੀਂ ਬਾਪੂ ਜੀ, ਮੈਂ ਨਹੀਂ ਬੋਲਦੀ, ਤੁਸੀਂ ਬੇਫਿਕਰੇ ਹੋ ਕੇ ਜਾਓ, ਨਾਲੇ ਮੇਰੇ ਨੋਟਿਸ ਯਾਦ ਨਾ ਕਢਾ ਕੇ ਲਿਆ ਦਿਓ ਬਸ। ਲੈ ਪੁੱਤ, ਆ ਤੇਰੇ ਨੋਟਿਸ ਜੇ ਮੈਂ ਭੁੱਲ ਸਕਦਾ, ਹੋਰ ਸਾਰੇ ਕੰਮ ਭੁੱਲ ਜੂ, ਆ ਨਹੀਂ ਭੁੱਲਦਾ, ਕਿਉਂਕਿ ਮੈਂ ਤੈਨੂੰ ਪੁਲਿਸ ਵਾਲੀ ਜਾਂ ਸਰਕਾਰੀ ਨੌਕਰੀ ਤੇ ਲਵਾਉਣੀ ਲਵਾਉਣੀ ਹੈ। ਹੈ, ਚੰਗਾ ਲੈ ਪੁੱਤ ਮੈਂ ਜਾਣਾ, ਧਿਆਨ ਰੱਖੀ। ਚੰਗਾ ਠੀਕ ਹੈ ਬਾਪੂ ਜੀ, ਮੈਨੂੰ ਡਰ ਹੀ ਲੱਗਦਾ ਰਹਿੰਦਾ ਨੀ। ਬਾਪੂ ਵੀ ਨਾ ਇੰਨਾ ਡਰਦੇ ਨੇ ਮੰਮੀ ਤੋਂ ਤਾਂ। ਚੱਲ ਕੋਈ ਨਾ। ਗੱਲ ਸੁਣ ਮੇਰੀ, ਕਿੱਧਰ ਚੱਲਿਆ? ਕਿੱਧਰ ਆ ਗਈ? ਲੁਕ ਲੁਕ ਕੇ ਜਾਂਦਾ, ਕਾਹਨੂੰ ਨੀ ਮੈਨੂੰ ਪਤਾ ਲੱਗਦਾ। ਉਹ ਲੁਕ ਕੇ ਨਹੀਂ ਜਾਂਦਾ, ਸਾਹਮਣੇ ਵੇਖ ਜਾਂਦਾ। ਕਹਿਣਾ ਤਾਂ ਮੈਨੂੰ ਨਹੀਂ ਚਾਹੀਦਾ। ਕੀ ਬਕਵਾਸ ਕਰੀ ਜਾਂਦੀ ਆ, ਉਹ ਮੇਰੀ ਕੁੜੀਆਂ ਵਰਗੀ ਹੈ। ਆਹੋ, ਮੇਰੇ ਨਾਲ ਤਾਂ ਕਦੇ ਹਾਂ ਜੁੜ ਕੇ ਗੱਲਾਂ ਕਰੀਆਂ ਨੀ। ਕੀ ਲਿਆ ਕੇ ਦਿੰਦਾ ਨਾਲੇ ਉਹਨੂੰ ਬਾਜ਼ਾਰ ਚੋਂ? ਆ ਨੋਟਿਸ, ਨੋਟਿਸ ਜੇ ਕੀ ਕਹਿੰਦਾ ਸੀਗਾ? ਉਹ ਤੇ ਗੋੜਸ ਕਹਿੰਦੇ ਸੀ, ਗੋੜ 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 ਅੰਗਰੇਜ਼ੀ ਚ ਉਹਨੂੰ, ਗੁੜ ਨੂੰ ਗੋੜਸ ਕਹਿ ਦਿੰਦੇ ਆ। ਆਹੋ, ਤੂੰ ਵੀ ਸਿੱਖ ਲਿਆ ਕਰ ਪੁਰ ਅੰਗਰੇਜ਼ੀ ਉਹ ਤਾਂ। ਆਹੋ, ਤੇ ਤਾਂ ਹੀ ਮੈਂ ਖੜਿਆ ਸੀ, ਸਿੱਖਦਾ ਪਿਆ ਸੀ ਮੈਂ, ਸਿੱਖਦਾ ਪਿਆ ਸੀ ਨਾਲੇ। ਹੋਰ ਮੈਂ ਤੇਰੇ ਆ ਲੁੱਚਪਣੇ ਜਿਹਾ ਸਾਰੇ ਜਾਣਦੀ ਆ, ਮੇਰੇ ਮੂਹਰੇ ਨਾ ਨਾ ਮੰਗਾਇਆ ਕਰ। ਗੁੜ ਮੰਗਾਇਆ ਨਾ, ਗੁੜ ਕਾਹਦੇ ਵਾਸਤੇ ਮੰਗਾਇਆ ਉਹਨੇ? ਕੀ ਕਰਨਾ ਉਹਨੇ? ਉਹ ਚਾਹ ਪੀਆ ਕਰੂ, ਗੁੜ ਦੀ ਚਾਹ ਦੀ। ਆਹੋ, ਚਾਹ ਪੀਆ ਕਰੂਗੀ, ਕਿੱਦੇ ਪੀਤੀ ਉਹਨੇ ਗੁੜ ਵਾਲੀ ਚਾਹ? ਮੈਂ ਤਾਂ ਕਦੇ ਦੇਖੀ ਨੀ। ਉਹ ਚੱਲ ਕੋਈ ਨਾ, ਹੁਣ ਸ਼ੁਰੂ ਕਰੂਗੀ। ਆ ਦੇ ਬੇ, ਤੇਰੇ ਇੱਥੋਂ ਹੀ ਪਤਾ ਲੱਗਦਾ ਬੇ, ਹੁਣ ਪੀਆ ਕਰੂਗੀ, ਹੁਣ ਕੋਈ ਨਵੀਂ ਆ ਗਈ ਉਹ। ਉਹ ਯਾਰ, ਤੂੰ ਕੰਮ ਨੂੰ ਜਾਣਾ ਹੋਣਾ ਤੇ ਲੜਾਈ ਨਾ ਕਰ, ਠੰਡੀ ਵੀ ਰਹਿ ਕਰ, ਸੁੰਦਰ ਸੁੰਦਰ ਪੀਲਾ, ਉਹ ਗੁਲਾਬ ਵਾਲੀ ਲਿਆਇਆ ਮੈਂ। ਬੇ ਠੰਡੀ ਰੱਖਦਾ ਹੀ ਨਹੀਂ ਤੂੰ, ਜੇ ਤੂੰ ਰੱਖੇ ਠੰਡੀ ਮੈਂ ਰਹਿ ਜਾ ਠੰਡੀ। ਨਿੰਬੂ ਪੀਲਾ, ਨਿੰਬੂ ਪਾਣੀ ਪੀਲਾ। ਤੂੰ ਮੇਰੇ ਨਿੰਬੂਆਂ ਤੋਂ ਕੀ ਲੈਣਾ, ਮੈਂ ਕੁਛ ਮਰਜ਼ੀ ਪੀਲਾ, ਤੂੰ ਉਹਨੂੰ ਪਿਆ ਦਿਆ ਕਰ ਪਹਿਲਾਂ, ਉਹਨੂੰ ਲੈ ਦੇ ਤੂੰ ਬਾਜ਼ਾਰ ਚੋਂ। ਉੱਟੇ ਕੇ ਜਾਇਆ ਕਰ, ਕੁਛ ਨਹੀਂ ਮੰਗਾਇਆ ਉਹਨੇ, ਉਹ ਗੁੱਸੇ ਹੁੰਦੀ। ਆਹੋ, ਕਾਨੂੰ ਨਹੀਂ ਪਤਾ ਲੱਗਦਾ ਮੈਨੂੰ, ਕਰਾਉਂਦਾ ਫਿਰਦਾ ਉਹਦੀਆਂ ਪੜਾਈਆਂ। ਦੇਖ ਕੋਈ ਨਾ, ਕਰਦੀਆਂ ਮੈਂ ਇਹਦੇ ਨਾਲ ਵੀ ਗੱਲ, ਕੀ ਕਰਦੀ ਆ ਇਹ, ਕਰਾਉਂਦਾ ਫਿਰਦਾ ਇਹਦੀਆਂ PhD-ਆਂ, ਮੈਂ ਕਰਾਉਂ ਛੋਡੀਆਂ।
ਨਾ ਕੀ ਕਰਦੀ ਆ ਤੂੰ ਬੈਠੀ ਆ, ਕੰਮ ਨੀ ਕਰ ਸਕਦੀ ਗੀ ਕੋਈ, ਮੌਜ ਨਾ ਬਿੱਡ ਤੇ ਚੜ ਕੇ ਬਹਿ ਜਾਂਦੀ ਹੈਗੀ। ਮੰਮੀ ਮੇਰਾ ਥੋੜਾ ਜਿਹਾ ਕੰਮ ਰਹਿ ਗਿਆ ਸੀ, ਮੈਂ ਕੋਈ ਗੱਲ ਨੀ ਮਾਜ ਲੂੰਗੀ, ਭਾਂਡੇ ਭੁੰਡੇ ਟੈਂਸ਼ਨ ਨਾ ਲਓ ਤੁਸੀਂ। ਆਹੋ ਮੈਂ ਟੈਂਸ਼ਨਾਂ ਨਾ ਲਵਾਂ ਘਰੇ ਨੂੰ ਪਰੇ। ਮੰਮੀ ਏਦਾਂ ਕਾਹਤੋਂ ਸੁੱਟਦੇ ਹੁੰਦੇ ਹੋਗੇ ਤੁਸੀਂ? ਨੀ ਕਾਗਜ਼ਾਂ ਤੋਂ ਕੀ ਕਰਾਉਣੀ ਆ ਤੂੰ, ਇਹ ਪਹਿਲਾਂ ਪੜ੍ਹ ਲੈਂਦੀ ਤੂੰ, ਕਰਦੀ ਆ ਪੜ੍ਹਾਈਆਂ, ਹੁਣ ਸਭ ਸੁਣ ਲਿਆ ਮੈਂ। ਮੰਮੀ ਕਾਗਜ਼ ਨੀ ਹੈਗੇ ਇਹ, 17-18 ਸਾਲ ਹੋ ਗਏ ਮੈਨੂੰ ਪੜ੍ਹਦੀ ਨੂੰ, ਤੁਸੀਂ ਇਹਨਾਂ ਨੂੰ ਕਾਗਜ਼ ਕਹਿ ਕੇ ਹਰ ਵਾਰ ਸੁੱਟ ਦਿੰਦੇ ਹੋਗੇ। ਪਹਿਲਾਂ ਤੁਸੀਂ ਮੇਰੀਆਂ 2 ਕਿਤਾਬਾਂ ਵੀ ਮਚਾਤੀਆਂ। ਮੰਮੀ ਏਦਾਂ ਨਾ ਕਰਿਆ ਕਰੋ, ਮੇਰੇ ਵੀ ਸੁਪਨੇ ਨੇ, ਮੈਂ ਵੀ ਪੜ੍ਹ ਲਿਖ ਕੇ ਨੌਕਰੀ ਕਰਨੀ ਆ। ਨਾ ਜਦੋਂ ਤੂੰ 17-18 ਸਾਲਾਂ ਚ ਨੀ ਬਣੀ ਪੜ੍ਹ ਲਿਖ ਕੇ ਕੁਛ, ਨਾ ਹੁਣ ਤੂੰ ਜੱਜ ਲੱਗੇਗੀ ਪੜ੍ਹ ਕੇ, ਚੱਕ ਲੈਂਦੀ ਆ ਕਾਗਜ਼ ਜੇ ਰੋਜ਼ ਆਹ। ਮੰਮੀ ਟੈਂਸ਼ਨ ਨਾ ਲਓ, ਕੱਲ ਤੋਂ ਮੈਂ ਕੰਮ ਜਲਦੀ ਉੱਠ ਕੇ ਕਰ ਦਿਆ ਕਰੂੰਗੀ। ਨੀ ਮੈਂ ਦੇਖਦੀ ਆ ਤੈਨੂੰ ਰੋਜ਼ ਜਲਦੀ ਉੱਠਣ ਵਾਲੀ ਨੂੰ, ਮੌਜਾਂ ਨਾਲ ਇਹਨਾਂ ਨੂੰ ਲੈ ਕੇ ਬਹਿ ਜਾਂਦੀ ਆ, ਬਹਾਨਾ ਲੈ ਕੇ ਬਹਿ ਜਾਂਦੀ ਆ। ਮੈਂ ਤਾਂ ਪੜ੍ਹਦੀ ਆ, ਉੱਤੋਂ ਉਹ ਕੰਜਰ ਕੰਜਰ ਸਹਾਰਾ ਦਿੰਦਾ ਇਹਨੂੰ, ਨਾ ਨਾਲੇ ਕੀ ਮੰਗਾਇਆ ਸੀ ਉਹ ਤਾਂ ਹੁਣ ਉਹਨਾਂ ਤੋਂ। ਮੰਮੀ ਮੈਂ ਬਾਪੂ ਜੀ ਤੋਂ? ਨਾ ਹੋਰ ਕਿਸੇ ਤੋਂ। ਮੈਂ ਬਾਪੂ ਜੀ ਤੋਂ ਤਾਂ ਨੋਟਿਸ ਮੰਗਾਏ ਸੀਗੇ। ਅੱਛਾ ਗੁੜ ਮੰਗਾਇਆ ਸੀ, ਨਹੀਂ ਗੁੜ ਵਾਲੀ ਚਾਹ ਪੀਤੀ ਤਾਂ ਹੈ ਨੀ ਤੂੰ ਕਦੇ। ਬਾਪੂ ਜੀ ਗੁੜ ਕਹਿ ਗਏ। ਹਾਂ ਮੰਮੀ ਹਾਂ ਗੁੜ। ਉਹ ਪਤਾ ਕੀ ਹੋਇਆ, ਕੱਲ ਮੈਂ ਡਾਕਟਰ ਦੇ ਗਈ ਸੀਗੀ ਨਾ, ਡਾਕਟਰ ਕਹਿੰਦਾ ਖੰਡ ਹੁੰਦੀ ਹੈ ਨਾ ਜਿਹੜੀ, ਇਹ ਸਿਹਤ ਲਈ ਹਾਨੀਕਾਰਕ ਹੁੰਦੀ ਆ, ਵੀ ਗੁੜ ਵਾਲੀ ਚਾਹ ਪੀਣੀ ਚਾਹੀਦੀ ਆ। ਕਹਿੰਦੇ ਰੋਟੀ ਤੋਂ ਬਾਅਦ ਵੀ ਗੁੜ ਖਾਣਾ ਚਾਹੀਦਾ, ਸਿਹਤ ਤੰਦਰੁਸਤ ਰਹਿੰਦੀ ਹੈ, ਇਸ ਕਰਕੇ ਮੈਂ ਬਾਪੂ ਜੀ ਨੂੰ ਗੁੜ ਕਹਿਤਾ। ਆਹੋ ਹੁਣ ਗੁੜ ਨਾਲ ਤੰਦਰੁਸਤ ਰਹੇਗੀ, ਨਹੀਂ ਤੂੰ ਤੰਦਰੁਸਤ ਹੋ ਕੇ ਕੀ ਕਰਨਾ ਗਾ, ਖਾ ਖਾ ਕੇ ਤਾਂ ਤੂੰ ਗਧੇ ਵਰਗੀ ਹੋਈ ਪਈਆਂਗੀ। ਮੰਮੀ ਤੁਸੀਂ ਏਦਾਂ ਕਿਉਂ ਬੋਲਦੇ ਰਹਿੰਦੇ ਹੋਗੇ? ਨਹੀਂ ਬੋਲਣਾ ਨਾ ਮੈਂ ਹੋਰ ਕੀ ਜੰਮ ਜਾਣੂ ਰੋਵਾਂ, ਨਹੀਂ ਤੈਨੂੰ ਕੀ ਦੇ ਕੇ ਕੀ ਤੋਰਿਆ ਤੇਰੇ ਪੇਕਿਆਂ ਨੇ, ਨੰਗਾ ਨੇ ਇੱਕ ਚੁੰਨੀ ਦੇ ਕੇ ਤੋਰਤਾ, ਆ ਕੱਪੜੇ ਵੀ ਆਪਦੇ ਪਾ ਕੇ ਲਿਆਏ ਸੀ ਅਸੀਂ। ਪੇਕੇ ਤੱਕ ਤਾਂ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਮੰਮੀ, ਕਿਉਂਕਿ ਤੁਹਾਨੂੰ ਪਹਿਲਾਂ ਦੱਸਤਾ ਸੀਗਾ ਵੀ ਉਹ ਕੁਛ ਦੇ ਨਹੀਂ ਸਕਦੇ ਹੈਗੇ, ਕੱਲਾ ਉਹਨਾਂ ਨੇ ਮੈਨੂੰ ਪੜਾਇਆ ਗਾ, ਠੀਕ ਹੈ ਹੁਣ ਮੈਨੂੰ ਨੌਕਰੀ ਮਿਲ ਜੂਗੀ, ਤਨਖਾਹ ਵੀ ਤਾਂ ਮੈਂ ਇਸ ਘਰੇ ਲੈ ਕੇ ਆਉਣੀ ਆ, ਉਹ ਕਿਹੜਾ ਮੈਂ ਮਾਂ ਬਾਪ ਨੂੰ ਦੇ ਦੂੰਗੀ। ਲੈ ਨਹੀਂ ਪਹਿਲਾਂ ਹੀ ਸੁਣਾਉਣ ਲੱਗ ਗਈ ਆ ਕਿ ਨੌਕਰੀ ਵੀ ਇਸ ਘਰੇ ਹੀ ਕਰਨੀ ਆ, ਮੈਂ ਤਨਖਾਹਾਂ ਦੇਣੀਆਂ ਨੇ, ਨੌਕਰੀਆਂ ਕਿਧਰੀਆਂ ਪੰਗਾਂ ਨੇ ਵੀ ਤੁਹਾਨੂੰ ਆਈ ਦੇ ਦੇਣਗੇ। ਮੰਮੀ ਆਪਣੇ ਆਪ ਤੇ ਭਰੋਸਾ ਵੀ ਹੋਣਾ ਚਾਹੀਦਾ ਗਾ, ਮੈਨੂੰ ਵਿਸ਼ਵਾਸ ਆ ਆਪਣੇ ਆਪ ਤੇ, ਮੈਨੂੰ ਨੌਕਰੀ ਜ਼ਰੂਰ ਮਿਲੂਗੀ, ਕੋਈ ਗੱਲ ਨਹੀਂ ਜੇ ਨਾ ਵੀ ਮਿਲੂਗੀ ਪ੍ਰਾਈਵੇਟ ਕਰ ਲੂੰਗੀ, 10-12 ਹਜ਼ਾਰ ਤਾਂ ਕਿਤੇ ਨਹੀਂ ਗਿਆ। ਨਹੀਂ ਤੈਨੂੰ ਕੌਣ ਰੱਖੂਗਾ ਨੌਕਰੀ ਤੇ, ਕੰਮ ਤਾਂ ਤੇਰੇ ਤੋਂ ਹੁੰਦਾ ਨਹੀਂ ਕਰੇ, ਉੱਥੇ ਨੌਕਰੀਆਂ ਕਿਵੇਂ ਕਰ ਲੇਂਗੀ ਤੂੰ? ਮੰਮੀ ਇੰਨਾ ਕੁ ਜ਼ਰੂਰ ਆ ਵੀ ਮੈਂ ਕੰਮ ਨਹੀਂ ਕੀਤਾ, ਪਰ ਮੇਰੀ ਮਾਂ ਨੇ ਕੰਮ ਸਾਰਾ ਸਿਖਾਇਆ ਗਾ, ਮੇਰੀ ਮੰਮੀ ਮੈਨੂੰ ਕੰਮ ਨਹੀਂ ਸੀ ਕਰਨ ਦਿੰਦੀ, ਕਹਿ ਦਿੰਦੀ ਸੀ ਪੁੱਤ ਪੜ੍ਹ ਲੈ ਤੂੰ। ਆਹੋ ਨਹੀਂ ਉਹ ਕਹਿ ਦਿੰਦੀ ਸੀ ਸਹੁਰੇ ਘਰੇ ਜਾ ਕੇ ਤਾਂ ਕੰਮ ਕਰਨਾ ਹੀ ਪੈਂਦਾ, ਇੱਥੇ ਤੈਨੂੰ ਬੈਠਣ ਵਾਸਤੇ ਨਹੀਂ ਲਿਆਂਦਾ ਗਾ, ਮੈਂ ਕਿੱਦੇ ਸੁੱਖ ਪਾਊਂ, ਮੈਂ ਵੀ ਤਾਂ ਆਪਦੇ ਘਰੇ ਕੰਮ ਕੀਤਾ ਹੀ ਆ, ਆ ਘਰ ਬਾਰ ਐਵੇਂ ਨਹੀਂ ਬਣ ਗਿਆ, ਖੜੀ ਹੋ ਜਾ ਉੱਠ ਕੇ ਕੰਮ ਕਰ ਲਾ। ਕੰਮੋ ਹਾਂਜੀ ਸਨੀ ਆ ਗਏ, ਪੜ੍ਹ ਲਾ ਪੁੱਤ, ਹੋਰ ਪੜ੍ਹਾਈ ਕਰਦੀ ਸੀਗੀ ਪੜ੍ਹ ਲਾ। ਕੁਛ ਨੀ ਪੁੱਤ ਇਹਨੂੰ ਕਹਿੰਦੀ ਸੀ ਮੈਂ ਕਿਹਾ ਪੜ੍ਹ ਲਿਆ ਕਰ ਪੁੱਤ, ਕੁਛ 4 ਅੱਖਰ ਨੌਕਰੀ ਤੇ ਲੱਗ ਜੂਗੀ। ਹੋਰ ਹੋਰ ਪੜ੍ਹੀ ਜਾਂਦੀ ਅੱਕੜ ਵਾਲੇ ਸੀ ਨੋਟਸ, ਉਹ ਯਾਰ ਮੇਰੇ ਤੋਂ ਨਾ ਅੱਕੜਾ ਵਾਏ ਨਹੀਂ ਗਏ ਉਹ, ਤੇ ਤੂੰ ਬਾਪੂ ਨੂੰ ਕਹਿ ਦਿੰਦੀ ਨੋਟਸਾਂ ਨੂੰ? ਬੇ ਗੁੜ ਵਾਲੀ ਚੱਲ ਲਿਆ ਕੇ ਤਾਂ ਦਿੰਦਾ, ਉਹ ਗੁੜ ਲਿਆ ਕੇ ਤਾਂ ਦਿੰਦਾ ਤੇਰਾ ਬਾਪੂ। ਉਹ ਮੈਂ ਨੋਟਸਾਂ ਨੂੰ ਕਿਹਾ ਬੇ ਆ, ਉਹ ਕਹਿੰਦਾ ਅੰਗਰੇਜ਼ੀ ਚ ਕਹਿੰਦਾ ਹੁੰਦਾ ਅੰਗਰੇਜ਼ੀ ਚ, ਜਾਮਾ ਚਾਹ ਲਿਆ ਕੇ ਦੇ, ਕਾਹਦੇ ਵਾਲੀ ਖੰਡ ਵਾਲੀ ਕਿ ਗੁੜ ਵਾਲੀ, ਕਾਸੇ ਵਾਲੀ ਮਰਜ਼ੀ ਬਣਾ ਲਿਆ ਚਾਹ ਲਿਆ ਦੇ।
ਮੈਨੂੰ ਲੱਗਦਾ ਤੂੰ ਵੀ ਇਹਦੇ ਨਾਲ ਨਾਲ ਗੁੜ ਆਲੂ ਕੋਈ ਪੀਣ ਲੱਗ ਗਿਆ, ਤੇਰਾ ਬਾਪੂ ਲੈਣ ਗਿਆ ਹੋਇਆਗਾ, ਕਹੀ ਜਾਂਦਾ ਸੀ ਕਹਿੰਦਾ ਕੀ ਬੋਲ ਤੇ ਮਾਰੀ ਜਾਂਦੀ ਆ ਮਾਂ, ਠੀਕ ਤਾਂ ਹੈਗੀ ਆ, ਬੁਖਾਰ ਬਖੂਰ ਤਾਂ ਨਹੀਂ ਹੋਇਆ? ਬੇ ਮੈਨੂੰ ਕਾਹਦਾ ਬੁਖਾਰ ਚੜਨਾ ਸੀ, ਚੱਲ ਕੋਈ ਨਾ ਜਦੋਂ ਤੇਰਾ ਬਾਪੂ ਆ ਗਿਆ ਉਦੋਂ ਬਣਾ ਕੇ ਦੇ ਦੂੰਗਾ ਉਹਨੂੰ ਗੁੜ ਆਲੂ। ਚਾਹ ਵਾਲੀ ਕਹੀ ਜਾਂਦਾ, ਚਾਹ ਵਗੈਰੇ ਕਹੀ ਜਾਂਦਾ, ਕਦੇ ਤੂੰ ਖੰਡ ਵਾਲੀ ਕਦੇ ਗੁੜ ਵਾਲੀ, ਚੱਲ ਕਹੀ ਜਾਂਦੀ ਆ। ਕੋਈ ਨਾ ਪੁੱਤ ਲਿਆ ਦਿੰਦੀ ਆ ਮੈਂ। ਇਹਨੂੰ ਕੀ ਹੋ ਗਿਆ? ਕੁਛ ਨਹੀਂ, ਮੰਮੀ ਨੂੰ ਪਤਾ ਲੱਗ ਗਿਆ, ਮੈਂ ਬਾਪੂ ਨੂੰ ਕਹੀ ਜਾਂਦੀ ਸੀ ਬਾਪੂ ਜੀ ਨੋਟਸ ਕਢਾ ਕੇ ਲਿਆ ਦਿਓ, ਤੇ ਬਾਪੂ ਨੂੰ ਮਤਲਬ ਬਾਹਰ ਮੰਮੀ ਨੇ ਪੁੱਛ ਲਿਆ ਵੀ ਬਹੂ ਨੇ ਕੀ ਕਿਹਾ। ਉਹਨੇ ਕਹਿਤਾ ਗੁੜ ਮੰਗਾਇਆ ਮੇਰੇ ਤੋਂ, ਉਹ ਤਾਂ ਉਲਝੀ ਪਈ ਆ, ਉਹਨੂੰ ਪੁੱਛਿਆ ਹੋਣਾ ਵੀ ਗੁੜ, ਉਹ ਕਹਿੰਦਾ ਹਾਂ ਨੋਟਸਾਂ ਨੂੰ ਅੰਗਰੇਜ਼ੀ ਚ ਗੁੜ ਕਹਿੰਦੇ ਆ ਕਹਿੰਦਾ। ਫਿਰ ਬੇਬੇ ਨੇ ਇਹ ਗੱਲਾਂ ਤੋਂ ਕੀ ਲੈਣਾ ਤੇ ਬਾਪੂ ਨੇ ਝੂਠ ਕਿਉਂ ਬੋਲਿਆ? ਬਾਪੂ ਦੱਸ ਦਿੰਦਾ ਵੀ ਭਾਈ ਇਹਦੀ ਪੜ੍ਹਾਈ ਦੇ ਕਾਗਜ਼ ਜਾ ਕੇ। ਰਹਿਣ ਦੋ, ਅੱਗੇ ਦੱਸ ਦਿੰਦਾ। ਮੰਮੀ ਤਾਂ ਪਤਾ ਕਿੰਨਾ ਕੁਛ ਸੁਣਾ ਕੇ ਗਈ ਆ, ਕਦੇ ਕਦੇ ਤਾਂ ਮੇਰਾ ਇਹ ਜੀ ਕਰਦਾ ਵੀ ਰਹਿਣ ਹੀ ਦੇਵਾਂ ਪੜ੍ਹਨ ਨੂੰ, ਇੰਨੇ ਤਾਨੇ ਮੇਰੇ ਸੁਣਨ ਨਾਲੋਂ ਨਾ ਆਪਦੇ ਸੁਪਨਿਆਂ ਨੂੰ ਦਾ ਗਲਾ ਘੁੱਟੇ ਹੀ ਚੰਗਾ ਰਹਿੰਦਾ ਗਾ। ਸੁਪਨਿਆਂ ਦਾ ਗਲਾ ਘੁੱਟਾ? ਉਹ ਮੈਨੂੰ ਸਾਫ਼ ਸਾਫ਼ ਦੱਸ ਕੀ ਕਹਿੰਦੀ ਸੀ, ਨਾਲੇ ਰੌਲਾ ਜਿਹਾ ਕੀ ਪਾਈ ਜਾਂਦੀਆਂ ਸੀਗੀਆਂ, ਆ ਬਾਹਰ ਲੱਗੇ ਦਾ ਕਰਕੇ ਬਾਹਰ ਨਹੀਂ ਸੀ ਸੁਣਦਾ, ਊਂ ਐਂ ਲੱਗੀ ਜਾਂਦਾ ਜਿਵੇਂ ਚੀਕਾਂ ਰੋਲੀ ਜੀ ਪਾਈ ਜਾਂਦੀਆਂ ਹੁੰਦੀਆਂ। ਕੀ ਗੱਲ ਸੀਗੀ? ਮੰਮੀ ਕੋਲ ਤਾਂ ਇੱਕੋ ਹੀ ਗੱਲ ਆ, ਜਿੱਦਾਂ ਦੀ ਵਿਆਹ ਕੇ ਆਈ ਹੈਗੀ, ਕਹਿੰਦੀ ਇੰਨੇ ਸਾਲਾਂ ਨਾਲ ਤੂੰ ਪੜ੍ਹ ਕੇ ਕੁਛ ਲੱਗੀ ਨਹੀਂ, ਹੁਣ ਬਣੇਗੀ ਤੂੰ ਜੱਜ, ਕਹਿੰਦੀ ਚੁੱਪ ਕਰਕੇ ਕੰਮ ਕਰ ਲਿਆ ਕਰ, ਕਹਿੰਦੀ ਐਂ ਬੈਠੀ ਰਹਿੰਦੀ ਆ ਕਿਤਾਬਾਂ ਚੱਕ ਕੇ, ਨਾਲੇ ਕਹਿੰਦੀ ਨੰਗਾਂ ਦੀ ਹੈਗੀ ਆ, ਉਹਨਾਂ ਨੇ ਦਿੱਤਾ ਨਹੀਂ ਕੁਛ ਵਾਸਤਾ ਨਹੀਂ, ਹਰ ਵਕਤ ਨੰਗ ਨੰਗ ਨੰਗ, ਮੈਥੋਂ ਨਹੀਂ ਸੁਣਿਆ ਜਾਂਦਾ। ਉਹਨੂੰ ਕਹਿ ਕੇ ਮੈਨੂੰ ਇੰਨਾ ਪੜ੍ਹਾਤਾ, ਪੜ੍ਹਾਈ ਤਾਂ ਕਹਿ ਮੈਂ ਉਹਦੇ 20 ਲੱਖ ਰੁਪਇਆ ਖਰਚਾ ਹੋ ਗਿਆ, ਤੇ ਉਹਨੂੰ ਦੱਸ ਦਿਆ ਕਰ ਉਹ ਮੇਰੀ ਪ੍ਰੋਫਿਟ ਕੋਈ ਆ ਕੇ ਇੱਥੇ ਤਾਂ ਖਾ ਲਿਆ ਹੱਗ ਲਿਆ, ਉਹ ਕੰਮ ਜੇ ਕੁਛ ਦੇ ਦਿੰਦੇ ਆ ਸਮਾਨ ਆ ਟੁੱਟ ਜਾਣਾ, ਕਿੰਨਾ ਸਿਰ ਕੱਟਦਾ ਪੇਟੀਆਂ ਅਲਮਾਰੀਆਂ, ਇਹ ਤਾਂ ਨਾਲ ਰਹਿੰਦਾ ਗਿਆਨ ਤਾਂ, ਪੜ੍ਹਾਈ ਤਾਂ ਹਮੇਸ਼ਾ ਨਾਲ ਰਹਿੰਦੀ ਆ। ਅੱਛਾ ਠੀਕ ਆ ਤੈਨੂੰ ਨਾ ਨੌਕਰੀ ਮਿਲੂ, ਕਮ ਸੇ ਕਮ ਆਪਣਾ ਆਉਣ ਵਾਲਾ ਫਿਊਚਰ ਤਾਂ ਵਧੀਆ ਹੋਊ, ਕੋਈ ਜਵਾਕ ਜੱਲਾ ਹੋ ਜੂ, ਉਹਨੂੰ ਤਾਂ ਘਰੇ ਬੈਠੀ ਪੜਾ ਦਿਆ ਕਰੇਂਗੀ, ਉਹਦਾ ਤਾਂ ਫਿਊਚਰ ਬਣਾ ਦਾਂਗੇ। ਮੈਂ ਕਿਹਾ ਮੰਮੀ ਜੇ ਨਾ ਮੈਨੂੰ ਨੌਕਰੀ ਮਿਲੂ ਮੈਂ ਪ੍ਰਾਈਵੇਟ ਕਰ ਲੂੰ 10-12 ਹਜ਼ਾਰ, ਕਿਧਰੇ ਨਹੀਂ ਗਿਆ। ਕਹਿੰਦੀ ਆਹੋ ਤੈਨੂੰ ਰੱਖੂ ਕੋਈ ਕੰਮ, ਓਏ ਉਹਦਾ ਵੀ ਟੂਹਾ ਮਾਰ, ਕੱਲ ਨੂੰ ਕੋਈ ਬੱਚਾ ਹੋ ਗਿਆ ਧੀ ਪੁੱਤ ਹੋ ਗਿਆ ਉਹਨੂੰ ਤਾਂ ਚੱਜ ਨਾਲ ਪੜਾ ਦੇਂਗੀ। ਉਹ ਤਾਂ ਗੱਲ ਤੁਹਾਡੀ ਸਹੀ ਆ, ਪਰ ਤੁਹਾਨੂੰ ਪਤਾ ਹੀ ਆ ਮੰਮੀ ਦੇ ਸੁਭਾਅ ਦਾ, ਹੁਣ ਮੰਮੀ ਨਾਲ ਮੈਂ ਕਿੱਥੋਂ ਜੀਤੀ ਜਾਵਾਂ? ਮੈਂ ਕਰਾਂ ਗੱਲ ਕਰਕੇ ਵੇਖ ਲਓ, ਉਹਨਾਂ ਨੇ ਕਿਹੜਾ ਸੁਣਨੀ ਹੈਗੀ, ਉਹ ਤਾਂ ਪਹਿਲਾਂ ਬਾਪੂ ਦੇ ਗੱਲ ਪੈ ਗਏ ਸੀਗੇ। ਚੱਲ ਮੈਂ ਕਰਦਾ ਗੱਲ, ਬਾਪੂ ਦੀ ਗੱਲ ਪੈਂਦੀ ਆ ਫਿਰ ਮੇਰੇ ਨਹੀਂ ਪੈਂਦੀ, ਮੈਨੂੰ ਪੁੱਛਣ ਦੇ ਕੀ ਚਾਹੁੰਦੀ ਹੈ, ਕਰ ਲੋ ਗੱਲ। ਹਾਂ ਲੈ ਪੜ ਲਾ ਤੂੰ ਬਹਿ ਕੇ, ਚਾਹ ਮੈਂ ਬਣਾ ਕੇ ਦਵਾਂ। ਨਾ ਨਾ ਬਸ ਉਸੇ ਦੀ ਬਣਵਾ ਕੇ ਪੀਂ। ਸ਼ੁਕਰ ਅਜੇ ਮੇਰੀ ਗੱਲ ਸੁਣ ਲੈਂਦੇ ਹੈਗੇ, ਜੇ ਕਿਤੇ ਇਹ ਨਾ ਸੁਣਦੇ ਹੁੰਦੇ ਤਾਂ ਰਹਿਣਾ ਦੁੱਬਰ ਹੋ ਜਾਂਦਾ ਮੇਰਾ। ਲੈ ਬਾਬਾ ਸੁਣੀਆਂ ਨਹੀਂ ਹੈਗੀਆਂ ਗੱਲਾਂ ਉਹਨੂੰ, ਚੱਲ ਕੋਈ ਨਾ ਦੇਖੀ ਜਾਊ। ਨਾ ਮਾਂ ਮੇਰੀ ਗੱਲ ਸੁਣ, ਬਣ ਗਈ ਚਾਹ? ਹਾਂ ਪੁੱਤ ਚਾਹ ਤਾਂ ਮੈਂ ਬਣਾਤੀ ਸੀ ਪਹਿਲਾਂ। ਹੁਣ ਮਾਂ ਨਵੇਂ ਡਰਾਮੇ ਕੀ ਸ਼ੁਰੂ ਕਰਤੇ ਤੂੰ, ਹੁਣ ਕੀ ਬੋਲੀ ਜਾਂਦੀ ਸੀਗੀ? ਕੀ ਹੋ ਗਿਆ ਪੁੱਤ, ਮੈਂ ਤਾਂ ਕੁਛ ਨਹੀਂ ਆਖਿਆ। ਅਗਲੇ ਮਹੀਨੇ ਉਹਦਾ ਪੇਪਰ ਆ, ਜੇ ਉਹ ਨੌਕਰੀ ਤੇ ਲੱਗ ਜੂਗੀ ਕੀ ਮਾੜਾ ਹੋ ਜੂਗਾ ਮੈਨੂੰ ਐਂ ਤਾਂ ਦੱਸ ਦੇ, ਸੁਪਨੇ ਹੁੰਦੇ ਆ ਕੁੜੀ ਦੇ ਵੀ, ਕਿਸੇ ਤੇ ਰੋਗ ਮਾਰ ਕੇ ਨਾ ਕਿਸੇ ਨੂੰ ਆਪਾਂ ਨੱਪ ਕੇ ਆਪਾਂ ਸ਼ੇਰ ਨਹੀਂ ਬਣ ਜਾਂਦੇ ਹੁੰਦੇ। ਲੈ ਪੁੱਤ ਗੱਲਾਂ ਕਹੀ ਦੀਆਂ ਕਰੀਏ ਨਾ, ਮੈਂ ਉਹਨੂੰ ਕੀ ਕਿਹਾ, ਮੈਂ ਤਾਂ ਤੁਹਾਨੂੰ ਗੱਲ ਨੂੰ ਐਂ ਕਹਿ ਕੇ ਆ, ਲੈ ਪੁੱਤ ਪੜ ਲਾ ਵਧੀਆ ਪੜ ਲੈ ਕੇ। ਉਹ ਮਾਂ ਬਸ ਸਾਰਾ ਕੁਝ ਦੱਸਤਾ ਉਹਨੇ ਮੈਨੂੰ, ਠੀਕ ਆ ਨਾ ਵੀ ਕੀ ਕਿਹਾ ਤੂੰ, ਪਹਿਲਾਂ ਤਾਂ ਤੂੰ ਬਾਪੂ ਨਾਲ ਕਲੇਸ਼ ਕੀਤਾ। ਬੇ ਉਹਦੇ ਨਾਲ ਤਾਂ ਕਲੇਸ਼ ਕਰਦੂ ਹੀ ਰਹਿੰਦੀ ਆ, ਉਹ ਤਾਂ ਕੰਜਰ ਹੈ ਹੀ ਇਹ ਜਾ, ਨਾਲੇ ਤੈਨੂੰ ਪਤਾ। ਨਾਲੇ ਨਾ ਕੰਜਰ ਕੁੰਜਰ ਨਾ ਕਿਹਾ ਕਰ ਮੇਰੇ ਪਿਓ ਨੂੰ, ਭੈੜਾ ਲੱਗਦਾ। ਆਹ ਸੀਬੋ ਆਉਂਦੀ ਆ ਉਹਦੇ ਕੋਲੇ, ਮੇਰੇ ਵਾਲਾ ਕੰਜਰ ਤਾਂ ਐ ਨਹੀਂ ਕਰਦਾ, ਮੇਰੇ ਵਾਲਾ ਕੰਜਰ ਕੀ ਹੁੰਦਾ ਗਾ, ਕੰਜਰ ਨੂੰ ਕੀ ਦੇਖ ਲਾਦਾ ਮਾੜਾ ਚੰਗਾ ਤੂੰ। ਬੇ ਹਈ ਇਹ ਜਾ, ਤੈਨੂੰ ਕੀ ਪਤਾ ਜਦ ਤੂੰ ਛੋਟਾ ਜਿਹਾ ਹੁੰਦਾ ਸੀ ਬਥੇਰੀਆਂ ਤੀਵੀਆਂ ਸੇੜਦਾ ਹੁੰਦਾ ਸੀਗਾ। ਉਹ ਬਸ ਹੈਗਾ ਹੀ ਉਹ ਇਹ ਜਾ ਕਹਾਂ ਹੁੰਦਾ, ਉਹ ਪਿੰਡ ਤੇ ਜਾ ਕੇ ਦੇਖਿਆ ਕਰ, ਪਿੰਡ ਤੇ ਕਹਿੰਦਾ ਤੇਰੇ ਪਿਓ ਵਰਗਾ ਪਿਓ ਹੈ ਨਹੀਂ, ਕੋਈ ਸਲਾਹਾਂ ਕਰਦੇ ਉਹ ਵੀ। ਆਹੋ ਸਲਾਹਾਂ ਦਿੰਦਾ ਜਿਹੇ ਜਿਹੇ ਉਹਦੇ ਦੋਸਤ ਨੇ ਸਾਰੇ ਇਹੇ ਜੀ ਨੇ ਇਹਦੇ ਵਰਗੇ।
ਉਹਨਾਂ ਨੇ ਤਾਂ ਸਲਾਹਾਂ ਦੇਣਗੇ ਨੇ। ਨਾਲੇ ਮੇਰੀ ਗੱਲ ਸੁਣ ਲਾ, ਮੈਂ ਸਾਰਾ ਕੁਛ ਸੁਣ ਲਿਆ, ਠੀਕ ਆ ਨਾ? ਕੰਮੂ ਤੇ ਮਹੀਨਾ ਰੋਕ ਜਾ ਝਾੜਾ ਯਾਰ ਕਰ, ਉਹਨੂੰ ਪੜ ਲੈਣ ਦੇ। ਪੁੱਤ ਤੂੰ, ਮਾਂ ਤਾਂ ਤੇਰੀ ਕੁਛ ਲੱਗਦੀ ਨੀ, ਫਿਰ ਤੂੰ ਤਾਂ ਆਪ ਫਿਰ ਆਪਦੀ ਬਹੂ ਦਾ ਬਣ ਗਿਆ ਹੈ। ਮੈਂ ਤੇਰੀ ਕੁਛ ਨੀ ਲੱਗਦੀ, ਜਿਹੜੀ ਸਾਰਾ ਦਿਨ ਮੈਂ ਇੱਥੇ ਇਕੱਲੀ ਕੰਮ ਕਰੀ ਜਾਂਦੀ ਰਹਿੰਦੀ ਹਾਂ। ਪੁੱਤ ਮੈਂ ਮਾੜਾ ਮੋਟਾ ਉਹਨੂੰ ਸਮਝਾਇਆ ਕਰ ਵੀ ਕੰਮ ਵੀ ਚਾਹੀਦਾ। ਤੇ ਫਿਰ ਕੋਈ ਬੁੜੀ ਰੱਖ ਲਾ ਜੇ ਤੇ ਤੂੰ ਨਹੀਂ ਕੰਮ ਹੁੰਦਾ, ਉਹਨੂੰ ਪੜ ਲੈਣ ਦੇ ਜਾ ਰੱਖ। ਨਾਲੇ ਪੁੱਤ ਜੇ ਤੂੰ ਹਾਂ ਕਹਿਣਾ ਨਾ ਵੀ ਉਹ ਪੜ੍ਹਦੀ ਹੈ, ਮੈਨੂੰ ਨੀ ਲੱਗਦਾ ਵੀ ਉਹ ਪੜ੍ਹਦੀ ਆ, ਸਭ ਦੇਖਦੀ ਆ ਮੈਂ। ਉਹ ਗਾਣੇ ਜੀ ਲਾਈ ਰੱਖਦੇ, ਰੀਲਾਂ ਜੀਆਂ ਬਣਾਈ ਜਾਂਦੀ ਰਹਿੰਦੀ ਆ, ਜਾਣ ਕੇ ਫੋਨ ਲੈ ਕੇ ਬਹਿ ਜਾਂਦੀ। ਉਹ ਬੇਬੇ ਪੜਾਂਗਾ ਨਾ, ਅੱਜ ਕੱਲ ਫੋਨ ਤੇ ਹੁੰਦੀਆਂ, ਫੋਨ ਤੇ ਕੱਲੀਆਂ ਰੀਲਾਂ ਨਹੀਂ ਬਣਦੀਆਂ। ਮੈਨੂੰ ਤਾਂ ਸ਼ੋ ਹੋਣ, ਫੋਨ ਤਾਂ ਸਾਰਾ ਦਿਨ ਉਹ ਤਾਂ ਮੇਰੇ ਕੋਲੇ ਰਹਿੰਦਾ ਜਿੱਦਾਂ ਘਰੇ ਹੁੰਦਾ ਗਾ। ਬੇ ਤੂੰ ਕੀ ਸਾਰਾ ਦਿਨ ਘਰੇ ਰਹਿਣਾ ਗਾ, ਸਾਰਾ ਦਿਨ ਤਾਂ ਨਿਕਲੇ ਰਹਿਣਾ ਤੂੰ ਵੀ। ਮੈਨੂੰ ਪਤਾ ਗਾ ਵੀ ਜਦੋਂ ਗਾਣੇ ਚੱਲੀ ਜਾਂਦੇ ਹੁੰਦੇ ਆ ਫੋਨ ਤੇ। ਉਹ ਠੀਕ ਆ, ਤੂੰ ਤਾਂ ਮੰਨਦ ਵੀ ਨਹੀਂ ਹੁੰਦੀ। ਨਾਲੇ ਪੁੱਤ ਮੇਰੀ ਗੱਲ ਸੁਣ ਲਾ, ਦੇਖ ਕੰਨ ਖੋਲ ਕੇ, ਮੈਂ ਤੁਹਾਨੂੰ ਇੱਕ ਮਹੀਨਾ ਕਹਿਣਾ ਤੂੰ, ਮੈਂ 2 ਮਹੀਨੇ ਦਿੰਨੀ ਆ। ਲੈ 2 ਮਹੀਨੇ ਚਾਹੇ ਪੜ੍ਹਾਈ ਕਰਕੇ ਨਾ ਨੌਕਰੀ ਤੇ ਲੱਗ ਜੇ, ਠੀਕ ਆ? ਮੈਂ ਉਹਨੂੰ ਜਮਾ ਨੀ ਕਹਿੰਦੀ ਕੁਛ। ਤੇ 2 ਮਹੀਨੇ ਤੋਂ ਬਾਅਦ ਨੌਕਰੀ ਤੇ ਨਾ ਲੱਗੀ ਫਿਰ ਸਾਰਾ ਘਰ ਦਾ ਕੰਮ ਕਰਨਾ ਪਊ। ਹਾਂ, ਹਿਸਾਬ ਲਾ ਲਓ। ਬਸ ਠੀਕ ਆ, ਕੋਈ ਗੱਲ ਨਹੀਂ। ਪਰ 2 ਮਹੀਨੇ, ਅਗਲੇ ਮਹੀਨੇ ਦਾ ਪੇਪਰ ਆ, ਤੂੰ ਬੁਲਾਉਣਾ ਨਹੀਂ। ਜਿੰਨਾ ਟਾਈਮ ਪੜ੍ਹਦੀ ਆ ਪੜ੍ਹਨ ਦੇ ਉਹਨੂੰ, ਠੀਕ ਆ ਨਾ? ਜੇ ਤੂੰ ਬੁਲਾ ਗਈ ਫਿਰ ਆਪਣੇ ਤੋਂ ਬੁਰਾ ਕੁਛ ਨਹੀਂ ਹੋਊਗਾ। ਚੱਲ ਕੋਈ ਨਾ, ਤੁਹਾਨੂੰ 2 ਮਹੀਨੇ ਦਿੱਤੇ ਆ, ਤੂੰ ਤਾਂ 1 ਕਹਿਣਾ, ਮੈਂ 2 ਮਹੀਨੇ ਦਿੱਤੇ ਆ। ਦੇਖੋ ਮੈਂ ਨੌਕਰੀਆਂ ਤੇ ਲੱਗੂ, 17-18 ਸਾਲਾਂ ਤੱਕ ਨੌਕਰੀ ਤੇ ਲੱਗੀ ਨੀ, ਹੁਣ ਲੱਗੂ ਇਹ। ਕੰਮੋ ਦੇਖ, ਮੰਮੀ ਨਾਲ ਹੋ ਗਈ ਗੱਲ, ਠੀਕ ਆ ਨਾ? ਤੇ ਹੁਣ ਤੂੰ ਆਪਦਾ ਪੂਰੀ ਖੁਸ਼ੀ ਨਾਲ, ਪੂਰੇ ਆਰਾਮ ਨਾਲ, ਉਹ ਕਹਿੰਦੀ 2 ਮਹੀਨੇ ਇਹਨੂੰ ਆਪਦਾ ਪੇਪਰ ਦੇ ਦੇਣ, ਮੈਂ ਨਹੀਂ ਬੁਲਾਉਂਦੀ। ਪਰ ਕੋਈ ਗੱਲ ਨਹੀਂ, ਕਹਿੰਦੀ ਦੇਖ ਲੈਣ ਦੇ, ਪਰ ਹੁਣ ਆਪਣਾ ਸਿਰ ਨਹੀਂ ਨੀਵਾਂ ਹੋਣਾ ਚਾਹੀਦਾ। ਪਰ ਤੂੰ ਜਿੰਨੀ ਦੇਰ ਤੋਂ ਪੜ੍ਹਾਈ ਹੁੰਦੀ ਆ, ਬਾਕੀ ਕਿਸਮਤ ਤੇ ਛੱਡ ਦੇ, ਠੀਕ ਆ? ਕਾਰ ਹੋ ਗਈ, ਰਿਹਾ ਹੋ ਗਈ। ਥੈਂਕ ਯੂ ਮੰਮੀ। ਮੈਂ ਮਾਤਾ ਆਹੀ ਰਹਿ ਰਿਹਾ ਇਹਦੇ ਨਾਲ। ਥੈਂਕ ਯੂ ਮੰਮੀ। ਕਹਿੰਦੀ ਕੋਈ ਗੱਲ ਨਹੀਂ, ਲਿਆ ਕੇ ਦਊਂਗਾ, ਉਹ ਖਵਾਉਂਗਾ ਤੈਨੂੰ ਕੋਈ ਆ। ਉਹ ਤਾਂ ਉਹਦੇ ਨਾਲ ਖਾਂਦੇ ਹੁੰਦੇ ਨਿੰਬੂ ਨਾਲ। ਕੋਈ ਨਾ ਪੁੱਤ, ਉਹ ਤਾਂ ਨਿੰਬੂ ਨਾਲ ਮੈਂ ਫੇਰ ਖਾ ਲੂੰਗੀ। ਆਪਣੇ ਨਿੰਬੂ ਮੁੱਕੇ ਪਏ ਆ ਪੁੱਤ, ਇਹਨਾਂ ਦਾ ਵਰਤ ਲੈ ਕੇ ਉਹ ਤੇ ਨਾਲੇ ਆਹ ਚਾਹ ਨਾ ਮੈਂ ਖੰਡ ਵਾਲੀ ਬਣਾ ਕੇ ਪੀ ਲੈਂਦੀ। ਕੋਈ ਨਾ ਬੇਟਾ, ਇੱਕ ਤਾਂ ਖੰਡ ਵਾਲੀ ਚਾਹ ਪੀ ਲਾਂਗੇ, ਉਹ ਵੀ ਮਾੜੀ ਨਾ ਖੰਡ ਖਾ ਲਿਆ ਕਰ। ਜੇ ਇੱਥੇ ਬਾਪੂ ਨੂੰ ਫੋਨ ਕਰਕੇ ਸ਼ੱਕਰ ਮੰਗਾ ਦੇਣਾ, ਮਾੜੀ ਜੀ ਬੋਲਦੀ ਮਿੱਠੀ ਹੋ ਜੂਗੀ। ਫੇਰ ਪੁੱਤ ਨਾ ਕਿਹਾ ਕਰ, ਤੇਰਾ ਬਾਪੂ ਮੈਨੂੰ ਕਿੱਥੇ ਮਿੱਠੀ ਰੱਖਦਾ ਹੈ, ਕਿੱਥੇ ਆ ਕੋਹੇ ਜਾ। ਮਿੱਠੀ ਰੱਖਦਾ ਸੀ ਤਾਂ ਹੀ ਮੈਂ ਤੈਨੂੰ ਪਤਾ ਤਾਂ ਹੈਗਾ ਬਾਪੂ ਤੋਂ ਨੀ ਮੰਮੀ ਉਹ ਹੁੰਦੀ ਟੈਕਦੀ, ਬਾਪੂ ਦੇ ਤਾਂ ਮਗਰ ਪਈ ਰਹਿਣਾ ਸੀ ਤੇ ਨਾਲੇ ਤੇਰੇ। ਹੁਣ ਬਾਪੂ ਨੋਟਸ ਕਢਾ ਕੇ ਲਿਆਊਗਾ ਨਾ, ਮੰਮਾ ਸਾਹਮਣੇ ਫੜਾ ਦੇ, ਐ ਨੀ ਕਹਿੰਦੀ ਵੀ ਕਿਉਂ ਕਢਾ ਕੇ ਲਿਆ। ਪੱਕਾ ਲੜਿਓ ਫਿਰ ਤੁਸੀਂ ਤੂੰ ਹੋਰ ਤੇਰੇ ਮਾਰੇ ਨੂੰ ਲੜਨਾ ਪੈਂਦਾ, ਕੀ ਕਰਾਂ? ਤੇਰੇ ਨਾਲ ਵਾਅਦਾ ਜੋ ਕੀਤਾ ਸੀ ਵਿਆਹ ਕਰਾਉਣ ਵੇਲੇ, ਤਾਂ ਪੜਾਉਂਗਾ ਤੈਨੂੰ, ਨੌਕਰੀ ਦਵਾਉਂਗਾ, ਅੱਗੇ ਤੇਰੇ ਭਾਗ ਲੱਛੀਏ, ਹਨਾ? ਲੱਛੀਏ ਲੱਛੀਏ, ਸਹੀ ਬੋਲਿਆ ਕਰੋ। ਮੈਂ ਕਿਹੜਾ ਤੇਰੇ ਜਿੰਨਾ ਪੜ੍ਹਿਆ ਲਿਖਿਆ, ਆਪਾਂ ਤਾਂ ਕਰਾ ਕੇ ਘਰ ਦਿੰਦੇ ਪਲੱਸ ਤੇ ਟੂ, ਚਲੋ ਵੀ ਕਹਿੰਦੇ ਪੈ ਜਾਓ ਖੇਤੀ ਚ। ਚਲੋ ਕੋਈ ਨਾ, ਤੁਸੀਂ ਪੜ੍ਹ ਲਏ ਮੈਂ ਪੜ੍ਹ ਲਈ, ਇੱਕੋ ਹੀ ਗੱਲ ਆ। ਇੱਕ ਗੱਲ ਕਿਵੇਂ ਆ, ਤੈਨੂੰ ਤਾਂ ਇੰਨੀ ਨੌਲੇਜ ਆ, ਮੈਨੂੰ ਪਹਿਲ ਤੋਂ ਕੁੱਕੜ ਨਹੀਂ ਆਉਂਦਾ। ਮੈਂ ਤਾਂ ਘਰ ਦੇ ਪੈਸੇ ਦੇ ਕੇ ਪਾਸ ਕਰਾਉਂਦੇ ਰਹੇ, ਬਾਪੂ ਉਹ ਹੋ ਜਾਏਗਾ ਪਾਸ, ਨਾ ਐ ਕਰ ਨਾ, ਆਣਾ ਠੀਕ ਹੈ, ਆਣਾ ਹਿਸਾਬ ਵਾਲੇ ਮਾਸਟਰ ਨੂੰ, ਐ ਕਰ ਬਿਲਕੁਲ ਕਢਾ ਕੇ ਦੇ ਆ 5 ਕਿਲੋ, ਹੈ ਐ ਕਰ, ਅੱਜ ਕੱਲ੍ਹ ਅੰਗਰੇਜ਼ੀ ਦਾ
ਇਹਨੂੰ ਦੇ ਆ ਦੇਸੀ ਦੀ ਬੋਤਲ, ਠੀਕ ਆ ਐਂ ਪਾਸ ਕਰਾਉਂਦਾ। ਮੇਰੀ ਗੱਲ ਸੁਣੋ ਨਾ, ਫਿਰ ਕਾਲਜ ਦੇ ਵਿੱਚ ਤੁਸੀਂ ਆਸ਼ਕੀ ਕਰਕੇ ਮੁੜੇ ਆਉਂਦੇ ਸੀ ਇਕੱਲੀ? ਓਏ ਕਾਲਜ 'ਚ ਤਾਂ ਇੱਕ ਸਾਲ ਜਿਹਾ ਲੱਗਿਆ ਸੀ ਬਸ, ਪਲੱਸ ਟੂ ਤਾਂ ਕੀਤੀ ਹੈ, ਕਾਲਜ 'ਚ ਜਾ ਕੇ ਕੀਤੀ ਹੈ, ਰਹਿਣ ਦੋ ਤੁਸੀਂ, ਪੜ੍ਹਨ ਦੇ ਲੱਛਣ ਆਪਦੇ ਨਹੀਂ ਹੋਣੇ ਤੁਹਾਡੇ। ਉਹ ਨਹੀਂ, ਆਹ ਰੱਖੀ ਸੀ ਮੈਂ ਕੀ ਆ ਨੌਨ ਮੈਡੀਕਲ, ਹੋਈ ਨਹੀਂ ਮੈਥੋਂ, ਰਾਹ 'ਚ ਹੀ ਅੜ ਗਈ, ਬ੍ਰੇਕਾਂ ਹੀ ਲੱਗ ਗਿਆ ਕਰਨ, ਫਿਰ ਮੈਂ ਕਿਹਾ ਰਹਿਣ ਦੇ, ਆਪਣੇ ਤਾਂ ਉੱਤੋਂ ਦੀ ਟੱਪਦੀ ਆ ਇਹ। ਅੱਛਾ ਤੁਸੀਂ ਵੀ ਪੜ੍ਹ ਲਿਆ ਕਰੋ ਨਾ, ਮੇਰੇ ਨਾਲ ਹੀ ਬੈਠ ਜਾ ਕਰੋ, ਤੁਸੀਂ ਤਾਂ ਪਹਿਲਾਂ ਹੀ ਸੌਂ ਜਾਂਦੇ। ਓਏ ਆਪਾਂ ਕੀ ਪੜ੍ਹ ਕੇ ਕਰਨਾ, ਤੂੰ ਆਇਆ ਆਹ ਕਰਕੇ ਦੁਆਰਾ ਇਹ ਆਈਲੈਟਸ ਕਰ ਲਈ, ਦੇਖੀ ਜਾਊ ਫਿਰ। ਕਿਉਂ ਮੈਂ ਕਿਉਂ ਆਈਲੈਟਸ ਕਰਨੀ ਆ? ਪੁੱਠੇ ਪਾਸੇ ਨਾ ਬੜੋ, ਠੀਕ ਹੈ ਨਾ, ਮੈਂ ਇੱਥੇ ਨੌਕਰੀ ਕਰੂੰਗੀ, ਬਾਹਰ ਹੋਰ ਪਾਸੇ ਜਾਣ ਦੀ ਲੋੜ ਨਹੀਂ ਹੈਗੀ। ਕੀ ਬੋਲਦੀ ਆ ਭਾਈ? ਅੱਛਾ ਤੂੰ ਆ, ਮੈਂ ਤਾਂ ਆਖਿਆ ਕਿਤੇ ਕਿਸੇ ਨੇ ਹੋਰ ਹੀ ਖੜਕਾ ਲਿਆ, ਆ ਮਾਗਰ ਜੇ ਕਿਲ ਕੋਣ ਹੈਗਾ? ਕੁਛ ਨੀ ਬੇ, ਹੱਥ ਚ ਕਹਿੰਦੀ ਆ ਮੈਂ ਕੀ ਇਹਦੇ ਚ? ਓਏ ਤੇ ਮੈਂ ਉਹ ਪੜਨ ਦੇ ਵਾਸਤੇ ਲਿਆ ਸੀ ਮੈਂ ਥੋੜੇ ਜਿਹਾ ਪੜਨ ਵਾਸਤੇ ਨਾ, ਤੂੰ ਤਾਂ ਗੁੜ ਲੈਣ ਗਿਆ ਸੀਗਾ ਤੇ ਫਿਰ ਗੁੜ ਨਹੀਂ ਲਿਆਂਦਾ? ਓ ਸੱਚ ਗੁੜ ਖਾਣ ਕੀ ਅੱਖਾਂ, ਓ ਗੁੜ ਤੇ ਉਹ ਯਾਰ ਗਿੱਲਾ ਬੜਾ ਹੋ ਗਿਆ ਸੀ। ਲੈ ਤੇ ਦੁਕਾਨਾਂ ਹੋਰ ਮਰ ਗਏ ਸਾਰੇ ਦੁਕਾਨਾਂ ਵਾਲੇ, ਕੋਈ ਦੁਕਾਨ ਸੀ ਉੱਥੇ? ਗੱਲ ਸੁਣ ਲਾ ਪਹਿਲਾਂ ਮੇਰੀ, ਸੁਣੀ ਜਾਨੀ ਆ, ਕਿਹਦੇ ਨਾਲ ਪਧਾਰ ਸੁਧਾਰ ਚੱਲਦਾ ਹੈ? ਉਹਦੇ ਕੋਲ ਗਿਆ, ਉਹ ਗਿਆ, ਉਹਦਾ ਗਰਮੀ ਬਾਹਲੀ ਹੋ ਗਈ ਤੇ ਗੁੜ ਪਿਘਲ ਗਿਆ, ਹੁਣ ਪਿਘਲਿਆ ਮੈਂ ਕੀ ਕਰਨਾ ਹੈ? ਬੇ ਜਾਣਦੀ ਆ ਮੈਂ ਲੁੱਚਿਆ, ਤੈਨੂੰ ਜਾਣਦੀ ਆ, ਜਾਣਦੀ ਆ ਮੈਂ ਕਿੱਦਾਂ ਦੀ ਜਾਣਦੀ, ਜਿੱਦਾਂ ਦੀ ਵਿਆਹੀ ਆ ਮੈਂ ਸਭ ਜਾਣਦੀ ਆ ਮੈਂ, ਆਹੀ ਲੈਣ ਗਿਆ ਹੋਵੇਗਾ, ਮੈਨੂੰ ਬੌੜੀ ਬਣਾ ਛੱਡਿਆ ਤੁਸੀਂ। ਉਹ ਇਹ ਵੀ ਨਾਲ ਹੀ ਸੀ, ਇਹ ਵੀ ਨਾਲ ਲੈਣ ਗਿਆ ਸੀ, ਦੋਨੇ ਕੰਮ ਗਿਆ ਸੀ, ਗਰਮੀ ਦੇ ਕਿੰਨੀ ਅਗਰ ਰੱਬ ਨੇ ਗਰਮੀ ਕੀਤੀ ਪਈ, ਤੈਨੂੰ ਕਿੱਥੇ ਲੱਗਦੀ ਆ ਗਰਮੀ, ਉੱਤੇ ਵਾਂਗੂ ਫਿਰਦਾ ਰਹਿੰਦਾ ਨਾ, ਟਾਈਮ ਦੇਖੇ ਵੀ ਕੀ ਟਾਈਮ ਆ, ਅਜੇ ਮੁੜਕੋ ਮੁੜਕੀ ਹੋਇਆ ਪਿਆ ਵੇ, ਮੈਨੂੰ ਵੀ ਠੰਡਾ ਕੁਛ ਲਿਆ ਦਿਆ ਕਰ, ਠੰਡਾ ਬਰਫ ਹੈ ਤੇ ਇਹ ਖਾ ਲਿਆ ਕਰ, ਆ ਦੇ ਬੇ ਬਰਫ, ਕਿੱਥੋਂ ਚੱਬਲਾ ਮੈਂ, ਆ ਮੇਰੇ ਦੰਦ ਜਿਹੜਾ ਤਾਂ ਦੁਖੀ ਜਾਂਦੇ ਰਹਿੰਦੇ ਨੇ ਖਾ ਲਾ ਕੇ ਬਰਫ, ਮੈਂ ਤਾਂ ਤੈਨੂੰ ਐਂ ਕਹਿੰਦੀ ਮੈਨੂੰ ਉੱਥੇ ਬੱਤਾ ਲਿਆ ਦਿੰਦਾ ਗੋਲੀ ਵਾਲਾ, ਉਹ ਗੋਲੀ ਵਾਲਾ ਬੱਤਾ ਉਹ ਸ਼ਹਿਰ ਚੋਂ ਮਿਲਦਾ ਯਾਰ, ਇੱਥੇ ਹੈ ਨਹੀਂ, ਆਪਾਂ ਪਿੰਡ ਵਾਲੇ ਰੱਖਣਾ ਹਟ ਗਏ, ਫਿਰ ਸ਼ਹਿਰ ਵਗ ਜਾਂਦਾ ਨਾ, ਤੂੰ ਉਹ ਜਦੋਂ ਤੈਨੂੰ ਉਹ ਕਹਿ ਦਿੰਦੀ ਹੈ, ਉਹ ਤਾਂ ਤੂੰ ਜਿੱਥੇ ਮਰਜ਼ੀ ਕਹਿ ਦੇ ਉੱਥੇ ਵਗ ਜਾਂਦਾਗਾ। ਉਹ ਬਈ ਬੋਤਲ ਨਹੀਂ ਦਿੰਦੇ ਉਹ, ਬਈ ਕਹੇ ਇੱਥੇ ਪੀਣਾ ਪੀਲਾ ਪੀਲਾ, 30 ਰੁਪਏ ਦਾ ਗਲਾਸ, ਉਹ ਐਂ ਕਰਦੇ ਆ, ਫਿਰ ਮੈਨੂੰ ਨਾਲ ਲੈ ਜੀ ਹੁਣ ਆਥਣੇ, ਮੈਂ ਤਾਂ ਉੱਥੇ ਜਾ ਕੇ ਪੀ ਆਉਂਗੀ, ਹੁਣ ਮੈਂ ਤਾਂ ਉਹਦਾ ਕੱਪੜੇ ਫੜਾ ਦੇ, ਆਹੀ ਲੈਣ ਗਿਆ ਸੀ ਤੂੰ, ਹਾਂ ਦੇ ਦੇ ਉਹਨੂੰ, ਨਾਲੇ ਇੱਕ ਗੱਲ ਸੁਣ ਲੈ ਮੇਰੀ, ਹੁਣ ਮੈਂ ਉਹਨੂੰ ਕਹਿਤਾ ਉਹ ਮੁੰਡਾ ਜਾ ਵੀ ਮਗਰ ਲੱਗ ਕੇ ਉਹਦੇ ਨਾਲ ਮੇਰੇ ਨਾਲ ਲੜ ਪਿਆ, ਅੱਗੇ ਤੂੰ ਅੱਗੇ ਇਹਨੂੰ ਪੜ੍ਹਨ ਨਹੀਂ ਦਿੰਦੀ ਹੈਗੀ। ਕੀ ਕਹਿਤਾ ਉਹਨੂੰ? ਮੈਂ ਕਹਿਤਾ ਉਹਨੂੰ, ਕਹਿੰਦਾ ਕਿ ਸਾਨੂੰ ਇੱਕ ਮਹੀਨਾ ਦੇ ਦੇ ਇਹ ਨੌਕਰੀ ਤੇ ਲੱਗੂ, ਮੈਂ ਕਿਹਾ ਇੱਕ ਮਹੀਨਾ ਛੱਡ, ਤੁਹਾਨੂੰ 2 ਮਹੀਨੇ ਦਿੱਤੇ, ਮੈਂ ਤਾਂ ਹੁਣ ਇਹਨੂੰ ਕੰਮ ਨੂੰ ਜਮਾ ਨਹੀਂ ਕਹਿੰਦੀ, ਤੇ ਜੇ ਨਾ ਲੱਗੀ ਨਾ ਇਹ ਨੌਕਰੀ ਤੇ ਫਿਰ ਵੀ ਤੇ ਫਿਰ ਹਿਸਾਬ ਲਾ ਲਈ, ਨਾਲੇ ਵਿੱਚ ਹੀ ਤੇਰੇ ਪੈਣਗੇ ਤੇ ਨਾਲੇ ਇਹਨਾਂ ਦੇ। ਹਾਂ ਚਲ ਸ਼ੁਕਰ ਆ, 2 ਮਹੀਨੇ ਤਾਂ ਕਹਿਤਾ, 2 ਮਹੀਨੇ ਜੇ ਲੜਾਈ ਪੈਗੀ ਜਾਂ ਕੁਛ ਹੋ ਗਿਆ ਤੇ ਤੇਰੀ 70 ਪਲੇਟ ਮੈਂ ਕਰੂੰ। ਆਹੋ ਮੇਰੀ 70 ਪਲੇਟ ਕਰ ਦਿਆ ਕਰ, ਨਾਲੇ ਬੋਲਾ ਉੱਤੇ ਜੇ ਨਾ ਚੜਿਆ ਕਰ, ਉਹਦੇ ਬੁਰਾ ਲੱਗਦਾ, ਨੂੰ ਲੱਗਦੀ ਹੈ ਤੇਰੀ ਉਹ। ਉਹ ਫੇਰ ਕਿਉਂ, ਅੱਜ ਕੱਲ ਜਵਾਨਾ ਬਦਲ ਗਿਆ, ਜਵਾਨੇ ਨਾ ਬਦਲ ਲਿਆ ਕਰ, ਬਦਲ ਜਾਇਆ ਕਰ, ਮੇਰੇ ਸਾਲੇ ਦੀ ਸਾਕੜੇ ਉਹੀ ਪੁਰਾਣੀ ਜਾਤ ਵਾਲੀ ਦਿਖਾਉਣੀ, ਆਪਦੀ ਦਿਖਾ ਦੇ, ਨਵੀਂ ਲਿਆ ਫਿਰ ਕੋਈ, ਮੈਨੂੰ ਬਦਲ ਦੇ ਹੁਣ ਨਵੇਂ ਜਵਾਨੇ ਸਾਰੇ, ਮੈਂ ਹੁਣ ਕਿੱਧਰ ਲਿਆ, ਬੁੱਢੇ ਹੋਇਆ ਤਾਂ ਮੈਂ ਕੌਣ ਦੇ ਦੂੰ ਮੈਂ ਡੋਲਾ, ਤੂੰ ਬੁੱਢਾ ਕਿੱਥੇ ਕਹਾਉਣਾ, ਤੂੰ ਤਾਂ ਜਵਾਨੀ ਆ ਤੇਰੇ ਤੇ, ਆ ਦੇ ਟੁਰਿਆ ਦੇ ਜਾਂਦਾ ਨਹੀਂ ਮੈਥੋਂ, ਦੇਖ ਤਾਂ ਨਵੀਆਂ ਤਾਜ਼ੀਆਂ ਭਾਰ ਨਾ, ਹਾਂ ਆ ਗਏ ਬਾਪੂ ਜੀ। ਲੈ ਪੁੱਤ ਤੇਰਾ ਗੁੜ,
ਸਾਡੀ ਲਾਜ ਰੱਖ ਲਈ ਤੇ ਨੌਕਰੀ ਤੇ ਲੱਗ ਜੀ। ਠੀਕ ਆ, ਠੀਕ ਆ ਬਾਪੂ ਜੀ। ਤੇਰੀ ਮਾਂ ਦਾ ਮੂੰਹ ਬੰਦ ਕਰਾ ਦੇ, ਸਿੱਧੀ ਗੱਲ ਕਿ ਮੈਂ ਤਾਂ ਬੰਦ ਕਰਾਉਂਗਾ ਇਹਦੇ ਨਾਲ। ਬਾਪੂ ਜੀ ਤੁਸੀਂ ਕਿਉਂ ਇੰਨਾ ਗੁੱਸਾ ਕਰਦੇ ਹੋ? ਹੁਣ ਤਾਂ ਮੈਨੂੰ ਵੀ ਸਮਝ ਲੱਗ ਗਈ ਕਿ ਮੰਮੀ ਦਾ ਬੋਲਣ ਦਾ ਸੁਭਾਅ ਆ। ਉਹ ਮੈਨੂੰ ਪਤਾ ਉਹ ਹੜਦੀ ਨਹੀਂ, ਮੈਂ ਕਿੱਥੇ ਬੋਲਦਾ ਤੈਨੂੰ ਪਤਾ। ਫਿਰ ਬਲਾ ਬੋਲੀ ਜਾਊ, ਬੋਲੀ ਜਾਊ ਜਾਣ ਕੇ ਉਹ ਛੇੜ ਦੇ, ਚੁੰਝਰ ਚੁੰਝਰ ਛੇੜ ਦਿੰਦੇ ਆ ਵੀ ਉਹ ਮੂਰਲਾ ਬੰਦਾ ਬੋਲੇ ਤੇ ਮੈਂ ਲੜਾਂ। ਐਂ ਆ ਬਸ, ਜੇ ਮੂਰਲਾ ਬੋਲੀ ਆ ਮੈਂ ਬਸ ਲੜੀ ਜਾਂਦਾ, ਐਂ ਵੱਜ ਜਾਂਦਾ ਕੰਮ। ਚੱਲ ਕੋਈ ਨਾ ਪੁੱਤ, ਤੂੰ ਪੜ੍ਹ ਲਾ, ਹੁਣ ਧਿਆਨ ਰੱਖੀ ਆ ਉਹਦਾ। ਦੇਖਾਂ ਨੋਟਿਸ 'ਚ ਚੈੱਕ ਹੀ ਕਰ ਲੈ ਇੱਕ ਵਾਰ। ਖਬਰਾਂ ਜੀ, ਅੱਜ ਦੀਆਂ ਤਾਜ਼ਾ ਖਬਰਾਂ ਨਿਕਲਿਆ, ਉਹ ਨਿਕਲਿਆ ਹੁੰਦਾ ਯਾਰ। ਆ ਕੀ ਲੈਣਾ ਆਉਂਦੀ ਵੀ ਆ। ਅੱਜ ਦੀਆਂ ਤਾਜ਼ਾ ਖਬਰਾਂ ਮੈਨੂੰ ਵੀ ਸੁਣਾ ਦੇ, ਸਾਰਾ ਦਿਨ ਖਬਰਾਂ 'ਚ ਵੜਿਆ ਰਹਿੰਦਾ। ਹੋਰ ਮੈਂ ਕੀ ਕਰਾਂ, ਖਬਰਾਂ ਹੀ ਸੁਣਨੀ ਆ ਨਾ। ਆ ਬਹੂ ਦਾ ਰਿਜ਼ਲਟ ਆਉਣਾ ਸੀਗਾ ਤੇ ਲੱਗ ਗਿਆ ਪਤਾ, ਲੱਗੂ ਕੋਈ ਨੌਕਰੀ ਨੌਕਰੀ ਤੇ। ਉਹ ਲੈ ਓਏ ਆ ਜਾਊਗਾ ਫੇਰ ਕੀ ਹੁੰਦਾ, ਤੂੰ ਪੁੱਛ ਤਾਂ ਲੈ ਉਹਨੂੰ। ਤੇ ਪੁੱਛ ਲੈਣਾ ਫੇਰ ਕੀ ਹੁੰਦਾ, ਰਿਜ਼ਲਟ ਤੂੰ ਕੀ ਲੈਣਾ, ਰਿਜ਼ਲਟ ਤੋਂ ਤੂੰ ਕੰਮ ਕਰ ਆਵਗਾ। ਮੈਂ ਵਾਅਦਾ ਕੀਤਾ ਹੋਇਆ ਕੀ, 2 ਮਹੀਨਿਆਂ ਦਾ, 2 ਮਹੀਨੇ ਹੋ ਗਏ ਮੈਨੂੰ ਕੰਮ ਕਰਦੀ ਨੂੰ, ਥੱਕੀ ਪਈ ਆ ਜੀ ਹੁਣ ਮੈਂ। ਹਾਂ ਗੋਡੇ ਗਿੱਟੇ ਦੁਖੀ ਆਉਂਦੇ ਨੇ ਮੇਰੇ। ਜੇ ਮੁੰਡਾ ਆਪਾਂ ਲੇਟ ਵਿਆਹ ਲੈਂਦੇ ਫੇਰ ਫੇਰ ਵੀ ਤੂੰ ਕੰਮ ਕਰਦੀ, ਤੂੰ ਨਾ ਗਾਹਾਂ ਵਾਲੀਆਂ ਪੌੜੀਆਂ ਨਾ ਚੜਿਆ ਕਰ। ਜਿਹੜੀ ਗੱਲ ਕਹਿੰਦੀ ਮੇਰੀ ਉਹ ਸੁਣ ਲਿਆ ਕਰ। ਜੇ ਪੜਦੀ ਉਹਦਾ ਆਪਾਂ ਖਤਰੀ ਪੜਦੀ ਆ, ਉਹਨੇ ਕਿਹੜਾ ਕੁਛ ਨਾਲ ਲੈ ਜਾਣਾ। ਜੇ ਨੌਕਰੀ ਲੱਗੂ ਆਪਾਂ ਵਾਸਤੇ ਲੱਗੂਗੀ, ਤੇ ਨਾਲੇ ਜੇ ਨੌਕਰੀ ਲੱਗ ਗਈ 60-70 ਹਜ਼ਾਰ ਆਪਾਂ ਦੇ ਕਰੀ ਆਊਗਾ। ਲੈ ਨੌਕਰੀਆਂ ਧਰੀਆਂ ਪਈਆਂ ਨੇ 60-70 ਹਜ਼ਾਰ, ਹੈ ਇੰਨੇ ਪੈਸੇ ਹੁੰਦੇ ਨੌਕਰੀ ਦੇ? ਤੇ ਹੋਰ ਇੰਨੇ ਆਉਂਦੇ ਹੁੰਦੇ ਆ ਨਾ। ਮੈਂ ਤੈਨੂੰ ਐਂ ਕਹਿੰਦੀ ਸੀ ਜਿਹੜਾ ਆਪਣੇ 1 ਕਿੱਲੇ ਦੇ ਆ ਜਾਂਦੇ ਨੇ ਇੰਨੇ ਤਾਂ ਆਪਾਂ ਨੂੰ 60-70 ਹਜ਼ਾਰ ਤਾਂ, ਤੇ ਆਪਣੇ 12 ਕਿੱਲੇ ਨੇ ਗੇ ਹੈ, ਤੇ ਆਪਣੇ ਤਾਂ 80-80 ਰੁਪਏ ਨੇ ਗੇ, ਆਪਾਂ ਨੇ ਨੂੰਹ ਦੀ ਕਮਾਈ ਜ਼ਰੂਰੀ ਖਾਣੀ ਹੈ। ਉਹ ਦੁੱਗਣੇ ਦੇਖ ਲਾ, ਉਨੇ ਹੀ ਹੋ ਜਾਣਗੇ। 12 ਕਿੱਲੇ ਦਾ ਆਇਆ ਕੋ ਠੇਕਾ, 19 ਸਾਲ ਦੇ ਉਹਦੀ ਕਮਾਈ ਆਇਆ ਕਰੋ, ਤੇ ਨਜ਼ਾਰੇ ਨਾਲ ਖਾਇਆ ਕਰਾਂਗੇ ਆਪਾਂ। ਨਜ਼ਾਰੇ ਨਾਲ ਤੁਸੀਂ ਖਾਇਆ ਕਰੋ, ਮੈਨੂੰ ਤਾਂ ਕਦੇ ਨਜ਼ਾਰੇ ਦਿਖਾਏ ਨਹੀਂ ਵੀ ਲੈ ਆਹ ਚੀਜ਼ ਖਾ ਲਾ, ਉਹਦੇ ਵਾਸਤੇ ਇੰਨਾ ਇੰਨਾ ਕੁਛ ਲਿਆ ਕੇ ਦਿੰਦਾ ਵਾ। ਉਹ ਸਾਰੇ ਟੱਬਰ ਵਾਸਤੇ ਹੀ ਲਿਆਉਣਾ, ਕੱਲਾ ਥੋੜੀ ਉਹਦਾ ਨਾਮ ਥੋੜੀ ਲੈ ਗਿਆ ਵੀ ਆਲੂ ਖਰਦਾ ਆਹ ਕੰਮੂ ਪੁੱਤ ਦਾ ਨਾਮ ਹੈ, ਤੂੰ ਚੱਕ ਕੇ ਤੂੰ ਖਾ ਲਿਆ ਕਰ। ਮੈਂ ਮੈਨੂੰ ਕਿੱਥੇ ਛੱਡਦੇ ਨੇ, ਮੈਂ ਤਾਂ ਪਹਿਲੀ ਖਾ ਲਿਆ, ਮੈਂ ਤਾਂ ਕੰਮ ਕਰਦੀ ਰਹਿ ਜਾਂਦੀ ਹਾਂ, ਜਦੋਂ ਦੇਖਦੀ ਹਾਂ ਵਿਹਲੀ ਹੋ ਕੇ ਫਾਇਦੇ 'ਚ ਕੁਛ ਨਹੀਂ ਹੁੰਦਾ। ਬੇ ਖਾਲੀ ਪਿਆ ਹੁੰਦਾ ਬੈਰ ਗਿਆ। ਉਹ ਤੂੰ ਸਾਰੀ ਉਮਰ ਖਾਈ ਜਾਏਗੀ, ਜਵਾਕਾਂ ਨੂੰ ਵੀ ਖਾ ਲੈਂਦੇ, ਤਰਸ ਖਾ ਲਿਆ ਕਰ ਮਾੜਾ ਮੋਟਾ, ਬਥੇਰੇ ਖਵਾ ਤਾ ਤੈਨੂੰ। ਆਹ ਕਦੋਂ ਮੁੰਡਾ ਹੋਇਆ ਸੀ, ਆਲੂ ਬੁਖਾਰੇ ਨਾਰ ਸੰਤਰੇ ਬਥੇਰੇ ਲਿਆ ਲਿਆ ਕੇ, ਉਹ ਤੂੰ ਮੇਰਾ ਕੱਚਾ ਅੰਬ ਲਿਆਈ ਤੇ ਅੰਗੂਰ ਉਹ ਲਿਆ, ਅੰਗੂਰ ਲਿਆਈ ਆਹ ਲਿਆਈ, ਤੈਨੂੰ ਖਵਾਇਆ ਬਥੇਰੇ ਖਵਾਇਆ, ਉਹਨੂੰ ਵੀ ਖਾ ਲੈਂਦੇ ਹੁਣ। ਲੈ ਸੁਣਾਉਂਦਾ ਗਾ ਹੁਣ ਵੀ ਉਹ ਇੱਥੇ ਅੜੇ ਖੜੇ ਨੇ ਹੁਣ, ਹੈ ਦੱਸ ਹੁਣ ਕੱਢੀ ਆਂਦਾ ਗਾ ਜਿਹੜੇ ਖਵਾਏ ਹੋਏ ਸੀਗੇ ਵੀ, ਉਹ ਤਾਂ ਜਦੋਂ ਸਨੀ ਹੋਣ ਵਾਲਾ ਸੀ ਉਦੋਂ ਖਾਂਦੀ ਹੁੰਦੀ ਸੀ ਮੈਂ। ਓਏ ਹਾਂ ਫੇਰ ਹੁਣ ਉਹਨੂੰ ਖਾ ਲੈਂਦੇ ਕੁਛ ਨਹੀਂ ਹੁੰਦਾ, ਜਵਾਨੀ ਆ ਨਾ ਵਿਚਾਰਿਆਂ ਦੇ ਮਾਲ। ਹਾਂ ਉਹ ਜਵਾਨੀ ਆ, ਬਥੇਰੀ ਗਦੇ ਵਰਗੀ ਪਈ ਹੈਗੀ ਉਹ, ਖਵਾਉਣ ਉਹਨੂੰ ਦੱਸ ਕੀ ਹੋਇਆਗਾ। ਮੇਰੇ ਤਾਂ ਪਹਿਲਾਂ ਦੇ ਹੱਡ ਗੋਡੇ ਦੁਖਦੇ ਨੇਗੇ, ਮੈਨੂੰ ਤਾਂ ਕੁਛ ਲਿਆ ਕੇ ਨਹੀਂ ਦਿੰਦਾ। ਆਖਿਆ ਸੀ ਵੀ ਐਤਕੀ ਨਾ ਪੰਜੀਰੀ ਰਲਾ ਦੇ ਮੈਨੂੰ, ਜਮਾ ਨੀ ਆਖੇ ਲੱਗਿਆ।
ਤੇ ਲਿਖਾ ਦਿੰਦੀ ਪਰਚੀ ਤੇ ਲਿਆ ਦੇ ਸਮਾਨ ਸਾਰੀ ਪੰਜੀਰੀ ਰਲਾਈ ਤੇ ਗਈ ਤਿੰਨ ਚਾਰ ਕਿਲੋ ਹੁਣ ਕਿੰਨਿਆਂ ਹੋਰ 3 ਕਿਲੋ ਤੇ ਘਿਓ ਦੀ ਰਲਾਈ ਤੇ ਗਈ ਸੀ ਬੇ ਮੈਂ ਨੀ ਖਾਂਦੀ ਤੜਕੇ ਕੌਲਾ ਤੂੰ ਭਰਦਾ ਸੀ ਉਹ ਫਿਰ ਖਾ ਲੈਂਦੀ ਮੈਂ ਤੈਨੂੰ ਰੋਕ ਕੇ ਜਾਂ ਹੱਥ ਫੜ ਕੇ ਜਾਂ ਗੱਲਾਂ ਪਤਾ ਨੀ ਕਿਹੋ ਜਿਹੀਆਂ ਕਰਦੀਆਂ ਤੂੰ ਨਾ ਪਤਾ ਨੀ ਗੱਲ ਕਿੱਥੋਂ ਚੱਕ ਕੇ ਲਿਆਉਣੀ ਆ ਤੂੰ ਪੁਰਾਣੀ ਪੁਰਾਣੀ ਪੱਟ ਲੈਂਦੀ ਆ ਚੀਜ਼ਾਂ ਘਰ ਚ ਸਾਰੀਆਂ ਬਣਨੇ ਘਰੇ ਹੀ ਖਾਣੇ ਹੁੰਦੇ ਬੇ ਮੇਰੇ ਤਾਂ ਦਿਲ ਤੇ ਸਾਰੀਆਂ ਲਿਖੀਆਂ ਪਈਆਂ ਨੇ ਗੱਲਾਂ ਮੇਰੇ ਤਾਂ ਤਾਜ਼ੀਆਂ ਹੋ ਜਾਂਦੀਆਂ ਨੇ ਜਦੋਂ ਤੂੰ ਮੈਨੂੰ ਕੁਛ ਕਹਿ ਦੇਣਾ ਗੱਲਾਂ ਇਹੋ ਜਿਹੀਆਂ ਕਹਿਣਾ ਮੇਰੇ ਹੱਡਾਂ ਤੇ ਮਾਰਨਾ ਲੈ ਬਾਲੀ ਪੁੱਠੀ ਮਾਰਦੀਆਂ ਗੱਲ ਮੈਂ ਤੇਰੇ ਤੈਨੂੰ ਅੰਨਾ ਤੂੰ ਐ ਕਹਿਣਾ ਕਿ ਤੈਨੂੰ ਲਿਆ ਕੇ ਦੇ ਦੇ ਕੇ ਕੁਛ ਨਾ ਖਾਇਆ ਕਰ ਨਾ ਮੈਂ ਢਿੱਡ ਨੂੰ ਗੰਢ ਦੇ ਲਾ ਹੁਣ ਉਹ ਸਾਰਾ ਕੋਈ ਆਪਦੇ ਟੱਬਰ ਵਾਸਤੇ ਲਿਆਉਣਾ ਹੁੰਦਾ ਤੂੰ ਖਾ ਲਿਆ ਕਰ ਤੈਨੂੰ ਕਿਹਨੇ ਰੋਕਿਆ ਜੇ ਮੁੰਡੇ ਰੋਕਿਆ ਨੂੰ ਰੋਕੇ ਦੱਸ ਕਿਹੋ ਜਿਹੀਆਂ ਗੱਲਾਂ ਕਰਦੀ ਯਾਰ ਬੇ ਤਿੰਨੇ ਇੱਕੋ ਜਿਹੇ ਰਲੇ ਹੋਏ ਆ ਤੂੰ ਤਾਂ ਆਪ ਉਹਨਾਂ ਦੇ ਨਾਲ ਰਲਿਆ ਹੋਇਆਗਾ ਹੁਣ ਤੂੰ ਕੱਲੀ ਰਹਿ ਗਈ ਐ ਮੈਂ ਕੱਲੂ ਹੀ ਆ ਆ ਹੁਣ ਬੈਠਾ ਬਿੰਦ ਪਿਆਰ ਦੀ ਗੱਲ ਤੇ ਤੈਨੂੰ ਕੋਈ ਆਉਂਦੀ ਨਹੀਂ ਜਦੋਂ ਬਹਿ ਜਾਣਾ ਕੋਲੇ ਬਸ ਲੜਾਈ ਹੋਈ ਕਰਦਾ ਮੇਰੇ ਸਾਰੀ ਉਮਰ ਪਿਆਰ ਹੀ ਕਰੀ ਜਾਊਂਗਾ ਦੇ ਪੰਜਰਾ ਬਾਹਰ ਜਾ ਕੇ ਵੀ ਤਾਂ ਪਿਆਰ ਕਰਦਾ ਤੋ ਮੈਂ ਕਿਹਨੂੰ ਕਿਹੜੀ ਮੈਂ ਨਵੀਂ ਰੰਨ ਰੱਖ ਲਈ ਰੱਖ ਲੈ ਕੋਈ ਰੱਖ ਲੈ ਜੇ ਲਿਆਂਦੀ ਏ ਜਾਂਦੇ ਤਾਂ ਲੈ ਆ ਬੰਦਾ ਨਹੀਂ ਹਾਂ ਹੁਣ ਮੇਰੇ ਚਿੱਟੇ ਦਾ ਆ ਦੇ ਨੇ ਚਿੱਟੇ ਵਾਲ ਆ ਗਏ ਮੈਂ ਸ਼ਰਮ ਆਉਂਦੀ ਏ ਮਨੇ ਨੂੰਹ ਵਾਲਾ ਹੋ ਗਿਆ ਹੁਣ ਮੈਂ ਆਸ ਕੀ ਕਰੂੰਗਾ ਕਿੱਥੇ ਤੇਰੇ ਚਿੱਟੇ ਦੀਂਦੇ ਤਾਂ ਹੈ ਨਹੀਂ ਰੋਜ਼ ਤਾਂ ਚੀਸੇ ਮੂਰੇ ਆਏ ਲੱਗਿਆ ਰਹਿਣਾ ਉਹਨਾਂ ਕਲਫ ਲਾਉਣ ਉਹ ਕਦੋਂ ਮੈਂ ਤੂੰ ਹੀ ਲਾਏ ਹੁਣ ਤਾਂ ਆਈ ਆ ਆ ਦੇ ਲਾਈ ਜਾਂਦੇ ਆ ਸਾਰਾ ਸਿਰ ਤਾਂ ਚਿੱਟਾ ਹੋ ਗਿਆ ਮੇਰਾ ਬੇ ਜੇ ਤੇਰੇ ਪੱਗ ਬੰਨਣ ਲੱਗ ਗਿਆ ਮੈਂ ਆਹੋ ਜੇ ਤੇਰੇ ਚਿੱਟੇ ਆ ਗਏ ਤੂੰ ਤੇਰੀ ਜਵਾਨੀ ਆ ਨਾ ਜਿਹੜੀ ਇਹ ਕੰਜਰਾ ਨਹੀਂ ਜਾਂਦੀ ਵੇ ਤੂੰ ਪੰਜੀਰੀ ਜਿਹੜੀ ਮੈਂ ਹੁੰਦੀ ਸੀ ਨਾ ਜੇ ਆਪੇ ਚ ਖਾਂਦੀ ਸਾਰੀ ਆਪ ਖਾ ਜਾਂਦੀ ਉਹ ਤੈਨੂੰ ਲੱਗ ਗਈ ਤਾਂ ਹੀ ਤਾਂ ਤੇਰੇ ਹੱਡ ਮਜ਼ਬੂਤ ਪਏ ਨੇ ਉਹ ਚੁੱਪ ਕਰ ਜਾ ਗੱਲ ਬੇ ਚੰਗਾ ਹੁਣ ਆ ਗੱਲਾਂ ਚ ਮਸਾਲੇ ਨਾ ਫੂਕਿਆ ਕਰ ਜਾਣ ਕੇ ਨਾ ਰਾਮ ਕਹਾਣੀ ਛੇੜ ਲੈਂਦਾ ਹੈ ਹੁਣ ਜਾਣ ਕੇ ਬਦਲਦਾ ਗਾ ਜਿਹੜੀ ਤੈਨੂੰ ਗੱਲ ਪੁੱਛੀ ਸੀ ਨਾ ਮੈਨੂੰ ਉਹ ਦੱਸ ਦੇ ਉਹਨੂੰ ਪੁੱਛਿਆ ਨੂੰਹ ਨੂੰ ਜਾ ਕੇ ਵੀ ਤੇਰਾ ਰਿਜ਼ਲਟ ਆ ਗਿਆ ਕਿੰਨੇ ਨੰਬਰ ਆਏ ਨੇ ਪੁੱਛ ਕੇ ਜੇ ਉਹਦਾ ਰਿਜ਼ਲਟ ਗਲਤ ਆ ਗਿਆ ਸਮਝ ਲਾ ਕੰਨ ਖੋਲ ਲਾ ਆਹ ਸੁਣੀ ਜਾਂਦਾ ਮੈਂ ਤੂੰ ਚਾਹੁੰਦੀ ਆ ਵੀ ਉਹ ਫੇਲ ਹੋਵੇ ਮੈਂ ਕੰਮ ਲਾਵਾਂ ਤੂੰ ਚਾਹੁੰਦੀ ਨਹੀਂ ਨਾ ਮੇਰੇ ਕਹੇ ਨਾਲ ਫੇਲ ਹੋਊਗੀ ਜਦੋਂ ਇਹ ਕੁਛ ਪੇਪਰ ਚ ਲਿਖ ਕੇ ਨਹੀਂ ਆਊਗੀ ਤਾਂ ਪਾਸ ਕਿਵੇਂ ਹੋਊਗੀ ਉਹ ਕੋਈ ਨਾ ਦੇਖੂਗੀ ਨੌਕਰੀ ਤੇ ਲੱਗਦੀ ਦੇਖ ਲਾ ਹੁਣ ਜੇ ਉਹ ਨੌਕਰੀ ਤੇ ਨਾ ਲੱਗੀ ਠੀਕ ਹੈ ਤੇ ਮੈਂ ਉਹ ਤੋਂ ਘਰ ਦਾ ਕੰਮ ਸਾਰਾ ਕਰਾਉਂ ਮੈਂ ਟੌਰ ਨਾਲ ਲੱਤ ਤੇ ਲੱਤ ਧਰ ਕੇ ਸੌਂ ਜਾ ਕਰੂੰਗੀ ਚੱਕ ਕਰਾ ਲਿਆ ਕਰੀ ਯਾਰ ਤੂੰ ਕਰਾ ਲੈ ਮੈਂ ਪੁੱਛ ਲੈਂਦਾ ਉਹ ਪੁੱਤ ਕਿੱਥੇ ਹੈ ਕੰਮ ਪੁੱਛ ਕੀ ਚੇ ਕੰਮ ਮਸੀ ਕਹਿੰਦਾ ਗਾ ਉਹਨੂੰ ਚੌੜਾ ਹੋ ਕੇ ਸ਼ਰਮ ਤਾਂ ਨਹੀਂ ਆਉਂਦੀ ਇਹਨੂੰ ਕੰਜਰ ਨੂੰ ਸਨੀ ਵੀ ਨਹੀਂ ਆਏ ਹਾਲੇ ਤੱਕ ਰਿਜ਼ਲਟ ਵੀ ਆਉਣਾ ਸੀ ਅੱਜ ਇੰਨੀ ਟੈਨਸ਼ਨ ਹੋਈ ਪਈ ਹੈ ਨਾ ਕੁਛ ਵੀ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਗਾ ਜੇ ਨਾ ਕੰਮ ਕਰਨ ਲੱਗੀ ਇਹ ਨਹੀਂ ਪਤਾ ਮੰਮੀ ਕੀ ਬੋਲਣ ਲੱਗ ਜੇ ਪਰਮਾਤਮਾ ਖੈਰ ਕਰੀ ਸਨੀ ਦਾ ਫੋਨ ਆਈ ਜਾਂਦਾ ਸ਼ੁਕਰਾ ਆਪ ਹੀ ਲਾ ਲਿਆ ਹੈਲੋ ਹਾਂਜੀ ਕਰ ਲਿਆ ਰਿਜ਼ਲਟ ਪਤਾ ਕੀ ਨਹੀਂ ਸਨੀ ਧਿਆਨ ਨਾਲ ਚੈੱਕ ਕਰੇ ਨਹੀਂ ਹੋ ਸਕਦਾ ਨਹੀਂ ਨਹੀਂ ਮੈਨੂੰ ਲੱਗਦਾ ਤੁਸੀਂ ਗਲਤ ਰਿਜ਼ਲਟ ਪਤਾ ਕਰ ਲਿਆ ਮੇਰਾ ਨਾਮ ਹੀ ਆ ਨਹੀਂ ਸਨੀ ਬੇਬੇ ਦਾ ਮੈਂ ਆਪੇ ਜਵਾਬ ਦੇ ਦੂੰਗੀ ਤੂੰ ਰਿਜ਼ਲਟ ਚੰਗੀ ਤਰ੍ਹਾਂ ਚੈੱਕ ਕਰ
ਪੁੱਛੋ। ਰੱਬਾ ਮੈਨੀ ਮਿਹਨਤ ਕੀਤੀ, ਇਹ ਕਿਵੇਂ ਹੋ ਗਿਆ? ਮੈਨੂੰ ਸਮਝ ਨਹੀਂ ਲੱਗ ਰਹੀ ਕੁਛ, ਸ਼ਾਇਦ ਮੇਰੀ ਕਿਸਮਤ ਹੀ ਮਾੜੀ ਹੈ। ਸਹੀ ਗੱਲ ਆ, ਮੰਮੀ ਕਹਿੰਦੀ ਹੁੰਦੀ ਸੀ ਤੈਨੂੰ ਕਿੱਥੇ ਮਿਲੂਗੀ ਨੌਕਰੀ, ਅੱਜ ਉਹੀ ਗੱਲ ਹੋ ਗਈ। ਲੈ ਉੱਬਲ ਗਈ ਚਾਹ ਵੀ, ਦੁੱਧ ਪਾ ਲਾ। ਹੈਂ ਨਾ, ਇਹਨੂੰ ਕੀ ਹੋ ਗਿਆ ਹੁਣ, ਇਹ ਕਾਹਤੋਂ ਬੁੱਕ ਹੀ ਜਾਂਦੀ ਹੈ? ਅੱਛਾ, ਮੈਨੂੰ ਲੱਗਦਾ ਰਿਜ਼ਲਟ ਆ ਗਿਆ ਹੋਊ। ਕਰਦੀ ਆ ਪਤਾ ਮੈਂ ਕਿਉਂ ਰੋਂਦੀ ਹੈ ਇਹ। ਮਹਾਰਾਣੀ ਰੋਈ ਜਾਂਦੀ ਹੈ ਫਿਰ? ਹੈਂ ਨਾ, ਆਹ ਲੀੜੇ ਕਿਵੇਂ ਸਿੱਟੇ ਨੇ ਜਿਵੇਂ ਮਰਿਆਂ ਦੇ ਸਿੱਟੇ ਹੁੰਦੇ ਨੇ। ਕੀ ਹੋਇਆ ਤੈਨੂੰ ਬੁੱਕਣ ਨੂੰ? ਮੰਮੀ ਮੇਰਾ ਰਿਜ਼ਲਟ ਆ ਗਿਆ ਸੀ, ਮੈਂ ਇੱਕ ਨੰਬਰ ਕਰਕੇ ਰਹਿ ਗਈ। ਹਾਂ ਰਹਿ ਗਈ ਇੱਕ ਨੰਬਰ ਚੋ, ਨੀ ਇੱਕ ਨੰਬਰ ਚ ਤੂੰ ਨੀ ਰਹੀ, ਨੀ ਅਸੀਂ ਰਹਿ ਗਏ, ਸਾਡੀ ਕਿਸਮਤ ਫੁੱਟ ਗਈ। ਸਾਡੇ ਕਰਮ ਮਾੜੇ ਲਿਖੇ ਹੋਏ ਨੇ, ਤੇਰੇ ਕਾਹਨੂੰ ਲਿਖੇ ਨੇ ਜਿਹੜੀ ਸਾਡੇ ਕਰਮਾਂ ਚ ਤੂੰ ਧਰੀ ਪਈ ਸੀ। ਦਿਮਾਗ ਨੀ ਤੇਰਾ ਠੀਕ ਕਰਾਗਾ ਇਹ। ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੂੰ ਪੜ੍ਹਦੀ ਨੀ, ਤੂੰ ਸਾਰਾ ਦਿਨ ਗਾਣੇ ਸੁਣਦੀ ਆ ਇਹਨਾਂ ਤੇ। ਨਹੀਂ ਮੰਮੀ, ਮੈਂ ਬਹੁਤ ਮਿਹਨਤ ਕੀਤੀ ਸੀਗੀ, ਮੈਨੂੰ ਨੀ ਸੀ ਪਤਾ ਕਿ ਮੇਰੀ ਕਿਸਮਤ ਨੇ ਮੇਰਾ ਸਾਥ ਹੀ ਨਹੀਂ ਦੇਣਾ ਹੈਗਾ। ਆਹੋ ਨੀ, ਕਿਸਮਤ ਨੂੰ ਕਾਹਨੂੰ ਦੋਸ਼ ਦਿੰਨੀ ਆ, ਤੁਰਿਆ ਕੇ ਆਪ ਤੋਂ ਨਾ ਜਾਵੇ, ਫਿੱਟੇ ਮੂੰਹ ਗੋਡਿਆ ਦੇ ਉਹ ਕੰਮ ਤੇਰਾ ਹੈ। ਹਾਂ ਨੰਗਾ ਦੀ ਧੀ ਹੁਣ ਰੋ ਰੋ ਕੇ ਡਰਾਮੇ ਕਰਦੀ ਆ ਮੇਰੇ ਮੂਹਰੇ। ਨੀ ਨੰਗਾ ਦੀ, ਨੀ ਭੁੱਖਾ ਦੀ, ਭੁੱਖੇ ਘਰ ਚੋਂ ਆਈ ਸੀ ਇੱਥੇ ਰੱਜ ਪੁੱਜ ਕੇ ਖਾਣ ਲੱਗ ਗਈ, ਅਕੇ ਚੂਹੀ ਨੂੰ ਥਿਆਈ ਹਰਦੀ ਦੀ ਗੰਢੀ ਤੇ ਪੰਸਾਰੀ ਬਣ ਬੈਠੀ, ਉਹ ਕੰਮ ਤੇਰਾ ਹੈ। ਹਾਂ ਹੁਣ ਮਾਲਕਣ ਬਣ ਬੈਠੀ ਵੀ ਸਾਰਾ ਕੁਛ ਮੇਰਾ ਇੱਥੇ। ਮੰਮੀ ਕਿਧਰੇ ਮਾਲਕਣ ਬਣਨ ਦੀਆਂ ਗੱਲਾਂ, ਕਿਧਰੇ ਦੱਸ ਦੀਆਂ ਗੱਲਾਂ, ਕਿੱਥੇ ਮੇਰਾ ਪੇਪਰ ਦੀ ਹੈਗੀ ਗੱਲ, ਤੁਸੀਂ ਕਿਉਂ ਮੈਨੇ ਮਾਰ ਦਿਓ? ਮੈਂ ਤਾਂ ਪਹਿਲੇ ਬਹੁਤ ਦੁਖੀ ਹੈਗੀ। ਨੀ ਦੁਖੀ ਤੂੰ ਨੀ ਹੈਗੀ, ਨੀ ਦੁਖੀ ਤਾਂ ਅਸੀਂ ਆ, ਨੀ ਸਾਡੇ ਕਾਲਜ ਨੂੰ ਅੱਗ ਲਾ ਰੱਖੀ ਹੈ ਤੈਂ। ਮੈਂ ਕੀ ਕਰਾਂ, ਨੀ 2 ਮਹੀਨੇ ਦਿੱਤੇ ਸੀ ਤੈਨੂੰ ਮੈਂ, ਨੀ ਤੇਰੇ ਤੋਂ ਕੰਮ ਨੀ ਡੱਕਾ ਤੜਾਇਆ ਮੈਂ ਵੀ ਇਹ ਪੜ੍ਹ ਲਿਖ ਕੇ ਨੌਕਰੀ ਤੇ ਲੱਗ ਜੇ, ਆ ਰੰਗ ਦਿਖਾਏ ਨੇ ਤੂੰ। ਮੰਮੀ ਤੁਸੀਂ 2 ਮਹੀਨਿਆਂ ਦੀ ਗੱਲ ਕਰਦੇ ਹੋ, ਮੇਰੀ ਸਾਰੀ ਮਿਹਨਤ ਖਰਾਬ ਹੋ ਗਈ। ਨੀ ਰੋ ਨਾ ਹੁਣ ਮੇਰੇ ਸਾਹਮਣੇ, ਹੌਂਕੇ ਜੇ ਨਾ ਭਰ। ਨੀ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਊ, ਨੀ ਘਰੇ ਆ ਕੇ ਐਂ ਕਹਿੰਦੀਆਂ ਸੀ ਤੁਹਾਡੀ ਨੂੰ ਤਾਂ ਹੁਣ ਨੌਕਰੀ ਤੇ ਲੱਗੂਗੀ, ਉਹਨਾਂ ਦੇ ਮੂਹਰੇ ਤਾਂ ਚੌੜੀ ਹੋ ਹੋ ਬੋਲਦੀ ਹੁੰਦੀ ਸੀ। ਚਾਚੀ ਮੈਂ ਨਾ ਤਹਿਸੀਲਦਾਰ ਨੀ ਬਣੂਗੀ, ਹਾਂ ਸਾਰਾ ਦਿਨ ਮੈਂ ਪੜ੍ਹਦੀ ਰਹਿੰਦੀ ਆ, ਹਾਂ ਮਿਹਨਤ ਕਰਦੀ ਆ, ਸਵਾਹ ਕਰਦੀ ਸੀ ਮਿਹਨਤਾਂ ਤੂੰ, ਸਾਰਾ ਦਿਨ ਤਾਂ ਰੀਲਾਂ ਬਣਾਈ ਦਿੰਦੀ ਆ, ਐਂ ਚੱਕ ਲੈਂਦੀ ਆ ਫੋਨ ਚਾ ਬੂਥਾ ਤਾਂ ਹਾਂ ਚੱਕ ਲੂਗੀ। ਮਾਰਨੀ ਸੀ ਕਰੋ ਠੀਕ ਹੈ ਨਾ, ਮੱਛੀ ਤੇ ਹੋਰ ਤੇਲ ਨੀ ਪਾਈਦਾ ਹੁੰਦਾ। ਆਹੋ ਮੈਂ ਤੇਲ ਪਾਉਣੀ ਹੈ? ਨੀ ਤੇਲ ਤਾਂ ਤੂੰ ਪਾਤਾ, ਸਾਡੇ ਸੀਨੇ ਅੱਗ ਲਾਤੀ ਤੂੰ। ਨੀ ਮੈਨੂੰ ਵੀ ਹੌਸਲਾ ਸੀ, ਨੀ 2 ਮਹੀਨੇ ਦਿੱਤੇ ਸੀ, ਮੈਂ ਆਖਿਆ ਚਲ ਪੜ੍ਹ ਲਿਖ ਕੇ ਲੱਗ ਜੂ ਕੁਛ, ਪਰ ਮੈਨੂੰ ਤੇਰੀ ਵਜ੍ਹਾ ਕਥਾ ਦਿਸੀ ਜਾਂਦੀ ਸੀ। ਮੰਮੀ ਮੈਂ ਤੈਨੂੰ 2 ਮਹੀਨੇ ਦਾ ਕਿਹਾ ਸੀ ਨਾ, ਜੋ ਮੇਰੇ ਨਾਲ ਹੋ ਗਿਆ ਹੋ ਗਿਆ, ਅੱਜ ਤੋਂ ਬਾਅਦ ਮੈਂ ਕਦੇ ਵੀ ਪੜ੍ਹਾਈ ਦਾ ਨਾਂ ਨੀ ਲੈਂਦੀ, ਜੋ ਤੁਸੀਂ ਕਹੋਗੇ ਭਾਵੇਂ 4 ਪਸ਼ੂ ਰੱਖ ਲਓ, ਮੈਂ ਸਾਰਾ ਕੰਮ ਕਰੂੰ, ਸਾਰਾ ਕੁਛ ਕਰੂੰ ਬਸ। ਨੀ ਤੂੰ ਮੈਨੂੰ ਕੀ ਕਹਿਣੀ ਆ,
ਹੁਣ ਤਾਂ ਇਹ ਗੋਹਾ ਨਾ ਤੇਥੋਂ ਮੈਂ ਚਕਾਊ ਨੀ, 15 ਮੱਝਾਂ ਰੱਖੂ ਮੈਂ, ਪੈਸੇ ਦੀ ਘਾਟ ਆ ਕੋਈ ਆਪਣੇ, ਤੂੰ ਦੇਖਦੀ ਚੱਲ ਜਦੋਂ ਭਰ ਕੇ ਲੱਦ ਕੇ ਬੱਠਾ ਤੇਰੇ ਟੋਟਾਂ ਤੇ ਧਰਿਆ। ਹਾਂ ਨੀ ਫੇਰ ਪਤਾ ਲੱਗੂ ਜਦੋਂ ਤੇਰੇ ਹਨਾ ਬੋਦੀਆਂ ਜੀਆਂ ਉੱਡ ਗਈਆਂ ਸਿਰ ਦੀਆਂ, ਹਾਂ ਬੱਠਣ ਨਾਲ ਗੰਜਾ ਟੋਟਣ ਹੋ ਗਿਆ, ਫੇਰ ਲੱਗੂ ਤੈਨੂੰ ਪਤਾ ਫੈਸ਼ਨ ਕਿਹਨੂੰ ਕਹਿੰਦੇ ਨੇ। ਆਈ ਆ ਵੱਡੀ ਪੜ੍ਹਨ ਵਾਲੀ ਇਹ ਪੜਾਕੂ, 17-18 ਸਾਲ ਚ ਤਾਂ ਤੈਥੋਂ ਪੜਿਆ ਨੀ ਗਿਆ, ਹੁਣ ਕਹਿੰਦੀ ਮੈਂ ਇੱਥੇ ਡੀਸੀ ਲੱਗੂ, ਮੈਂ ਤਾਂ ਕੰਮ ਦੀ ਮਾਰੀ ਕਹਿ ਦਿੰਦੀ ਆ ਮੈਂ ਪੜ੍ਹਦੀ ਆ, ਹੁਣ ਘਰਾਂ ਤੈਥੋਂ ਦੱਬ ਕੇ ਕੰਮ, ਤੂੰ ਦੇਖਦੀ ਚੱਲ ਅਗਲੇ ਪਿਛਲੇ ਬਦਲੇ ਤੈਥੋਂ ਸਾਰੇ ਲੈ ਲੈਣੇ ਮੈਂ। ਹਾਂ ਖੜੀ ਹੋ ਜਾਣਾ, ਇਹ ਕੰਮ ਕਰ ਲਾ। ਮੰਮੀ ਤੈ ਮਾਰ ਕੇ ਆ ਗਈ ਕੱਪੜੇ। ਆ ਗਈ ਤੈ ਮਾਰ ਕੇ ਇਹ ਸੱਚ ਨੀ, ਨਾਲੇ ਇੱਕ ਗੱਲ ਹੋਰ ਸੁਣ ਲਾ ਮੇਰੀ, ਸਿੱਧੇ ਹੋ ਕੇ ਨਾ ਆਪਦੇ ਮਾਂ ਪਿਓ ਨੂੰ ਫੋਨ ਲਾ ਦੇ, ਫੋਨ ਵੀ ਮੈਨੂੰ ਬਿੱਡ ਚਾਹੀਦੇ ਆ ਪੋਲੇ ਗੱਦਿਆਂ ਵਾਲੇ, ਸੁਣ ਗਿਆ ਤੈਨੂੰ, ਕੰਨ ਕਰ ਲਾ, ਅੱਖਾਂ ਨਾ ਕੱਢ ਮੇਰੇ ਕੰਨੀ। ਹਾਂ ਨੀ ਬਰਫ ਜੰਮਣ ਵਾਲੀ ਮਸ਼ੀਨ ਨੀ ਜਿਹੜਾ ਵੱਡਾ ਫਰਿੱਜ ਹੁੰਦਾ ਉਹ, ਤੇ ਏਸੀ ਸਾਰੇ ਰੂਮਾਂ ਦੇ ਵਿੱਚ ਲਾਉਣੇ ਆ। ਹਾਂ ਸਿੱਧੇ ਹੋ ਕੇ ਕਹਿ ਦੇ ਉਹਨਾਂ ਨੂੰ। ਮੰਮੀ ਤੁਹਾਨੂੰ ਵੀ ਪਤਾ ਉਹ ਇਹਨਾਂ ਦਾਜ ਕਿੱਥੋਂ ਦੇਣਗੇ, ਸਾਡੇ ਘਰ ਦਾ ਟਾਈਮ ਪਾਸ ਮਜ਼ਾ ਹੁੰਦਾ ਹੈਗਾ। ਆਹੋ ਟਾਈਮ ਪਾਸ ਹੁੰਦਾ ਤੇ ਆ ਕਰਨੀ, ਜਿਹੜਾ ਅਸੀਂ ਸਾਰਾ ਤੇਰੀ ਪੜ੍ਹਾਈ ਤੇ ਲਾਤਾ, ਆਪਦਾ ਸਾਰਾ ਖਰਚਾ ਪੜ੍ਹਾਈ ਦਾ ਉਹਨਾਂ ਤੋਂ ਮੜਵਾ ਦੇ ਸਿੱਧੀ ਹੋ ਕੇ। ਮੰਮੀ ਇੱਕ ਸਾਲ ਹੀ ਕੀਤਾ ਤੁਸੀਂ ਖਰਚਾ, ਬਾਕੀ ਤਾਂ ਪਹਿਲਾਂ ਮੇਰੇ ਬਾਪ ਨੇ ਕੀਤਾ ਹੈਗਾ। ਨੀ ਇੱਕ ਸਾਲ ਚ ਕਰਤੀ ਸਾਡੀ ਤੂੰ। ਕੀ ਹੋ ਗਿਆ, ਆ ਜਾ ਹਜੇ ਤੇਰੀ ਕਸਰ ਸੀ ਪੁੱਛਣ ਦੀ, ਕੀ ਹੋ ਗਿਆ, ਆ ਤੇਰੀ ਲਾਡਲੀ ਪਾਸ ਹੋ ਗਈ। ਪਾਸ ਹੋ ਗਈ ਹੋਰ, ਲੈ ਪੁੱਤ ਪਾਸ ਹੋ ਗਈ, ਤੂੰ ਰੋਣੀ ਕਿਉਂ ਆ, ਲੈ ਇਹ ਹੱਸਣ ਵਾਲੀ ਗੱਲ ਆ, ਲੱਡੂਆਂ ਦਾ ਡੱਬਾ ਲਿਆ ਵੱਡਾ, ਉਹ ਲੱਡੂਆਂ ਕਿਵੇਂ, ਬਰਫੀ ਲਿਆਉਂਗਾ, ਲੈ ਹਲਵਾਈ ਘਰੇ ਸੱਦ ਲੈ, ਘਰੇ ਪਕਾ ਲਾਂਗੇ। ਉਹ ਫੇਰ ਕੀ, ਤਹਿਸੀਲਦਾਰ ਨਹੀਂ ਲੱਗਿਆ, 1.5 ਲੱਖ ਰੁਪਈਆ ਨੌਕਰੀ ਤਨਖਾਹ ਆਇਆ ਕਰੂਗੀ, ਲੈ ਹਲਵਾਈ ਬਿਠਾ ਦੂੰ ਮੈਂ ਤੇ। ਤੂੰ ਫੜ ਲਾ ਪਹਿਲਾਂ ਨੋਟ, ਵੇ ਮੈਂ ਕਹੀ ਨੇ ਕੰਜਰਾ, ਤੂੰ ਗੱਲ ਸਮਝਦਾ ਕਿਉਂ ਨਹੀਂ, ਵੇ ਪਾਸ ਨਹੀਂ ਫੇਲ ਹੋਈ ਆ ਹੈ ਤੇਰੀ ਲਾਡਲੀ, ਫੇਲ ਹੋ ਗਈ, ਹਜੇ ਸਮਾਰ ਕੇ ਪੁੱਛਦਾ, ਗੂਠਾ ਲਾ ਦਿੰਨੀ ਆ। ਚੱਲ ਕੋਈ ਨਾ ਪੁੱਤ, ਫੇਰ ਕਿਉਂ ਗਿਆ, ਫੇਲ ਹੋ ਗਈ ਤੇ ਫੇਰ ਕਿਉਂ ਗਿਆ, ਫੇਲ ਹੋ ਗਈ, ਅਗਲੀ ਵਾਰ ਪੇਪਰ ਦੇ ਤੂੰ, ਇਹ ਚ ਕੀ ਕੰਮ ਦਾ ਮੇਲਾ, 12 ਸਾਲ ਬਾਅਦ ਆਊਗਾ, ਜੁੱਲੀਆਂ ਪਕਾ ਦੇ ਅਗਲੀ ਵਾਰ। ਮੈਨੂੰ ਲੜੀ ਕਿਉਂ ਜਾਨੀ ਆ ਤੂੰ, ਲੜੀ ਕਿਉਂ ਜਾਨੀ ਆ, ਲੜਾ ਨਾ ਹੋਰ ਕੀ ਕਰਾਂ, ਰੁਪਈਏ ਜਿੰਨੇ ਹੈਗੇ ਸੀ ਸਾਰੇ ਤਾਂ ਇਹਦੇ ਪੜਾਂਗਾ ਤੇ ਭਰਤੇ। ਉਹ ਫੇਰ ਕੀ ਹੋ ਗਿਆ, ਜੇ ਮੇਰੇ ਇੱਕ ਐ ਸਮਝ ਲਓ ਕੁੜੀ ਹੋ ਗਈ ਮੇਰੇ ਤੇ। ਆਹੋ ਕੁੜੀ ਹੋ ਗਈ, ਬਸ ਆਹੀ ਕੁਛ ਰੱਖੀ ਤੂੰ, ਪਹਿਲਾਂ ਵੀ ਇਹਨੂੰ ਸਿਰ ਤੇ ਐਂ ਚੜਾਇਆ ਸੀ ਤਾਂ ਹੀ ਤਾਂ ਇਹ ਪੜੀ ਨੀ। ਉਹ ਚੱਲ ਇੱਕ ਵਾਰੀ ਦੋ ਵਾਰੀ ਮੁੰਡਾ ਹੀ ਫੇਲ ਹੋ ਗਿਆ, ਫੇਰ ਕਿਉਂਕਿ ਦੁਬਾਰੀ ਪੇਪਰ ਦੇ ਪਾਸ ਹੋ ਗਿਆ ਸੀ। ਉਹ ਤਾਂ ਕਲਾਸ ਛੋਟੀ ਸੀ, ਵੱਡੀ ਡਿਗਰੀ ਕਰਦੀ ਸੀ, ਤੂੰ ਆਪਦੇ ਆਪ ਤੈਨੂੰ ਪਤਾ ਵੀ ਕਿੰਨੇ ਕਿੰਨੇ ਰੁਪਏ ਭਰ ਕੇ ਆਉਂਦਾ ਸੀ। ਉਹ ਫੇਰ ਕੀ ਹੋ ਗਿਆ, ਇਹਦੇ ਕਰਮਾਂ ਦਾ ਇਹਨੂੰ ਮਿਲੂਗਾ। ਮੈਂ ਆਪਾਂ ਬੰਦਾ, ਇਹ ਬੰਦਾ ਹੁੰਦਾ ਨਾ ਕਿਸੇ ਨੂੰ ਕੋਈ ਨੀ ਖਵਾ ਸਕਦਾ, ਜਿਹੜਾ ਇਹਦਾ ਦਾਣਾ ਪਾਣੀ ਇਹਦੇ ਕਰਮਾਂ ਦਾ ਨਾ ਉਹ ਰੱਬ ਆਪਾਂ ਨੂੰ ਦੇਈ ਜਾਂਦਾ। ਬੇ ਪ੍ਰਵਚਨ ਨਾ ਦਿਆ ਕਰ, ਬੇ ਮੈਂ ਤਾਂ ਕਹਿੰਦੀ ਤੂੰ ਗੁਰਦੁਆਰੇ ਜਾ ਕੇ ਬਹਿ ਜਾ, ਗ੍ਰੰਥੀ ਬਣ ਜਾ ਤੇ ਵਿਚਾਰ ਕਰਨ ਲੱਗ ਜਾ ਕਰ ਸੰਗਤਾਂ ਨੂੰ। ਹੁਣ ਮੈਂ ਸਿਆਣਾ ਮੈਂ ਨਾਲ ਵਿਚਾਰ ਹੀ ਕਰੂੰਗਾ, ਤੈਨੂੰ ਮਤ, ਤੈਨੂੰ ਤਾਂ ਆਈ ਨੀ ਮਤ, ਲੋਕ ਮੇਰੀ ਕੀ ਸੁਣ ਲੈਣਗੇ। ਆਹੋ ਜਾ ਫਿਰ ਗੁਰਦੁਆਰੇ ਚ ਨੀ ਲੋਟ ਆਉਂਦਾ, ਤੂੰ ਐ ਕਰ ਫਿਰ ਮੰਤਰੀ ਨਾਲ ਰਲ ਜਾ, ਉੱਥੇ ਦੇ ਜਾ ਕਰੀ ਵਿਚਾਰ ਜਾ ਕੇ। ਉਹ ਗੱਲ ਸੁਣ ਲੈ, ਉੱਚੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਬੇ ਤੂੰ ਡਰ, ਤੂੰ ਤੂੰ ਡਰ, ਮੈਨੂੰ ਨਾ ਕਿਹਾ ਕਰ। ਹਾਂ ਉਹਦਾ ਵਿਚਾਰੇ ਦੇ ਦਿਲ ਤੂੰ ਕਿਤੇ ਹੌਸਲਾ ਦੇਣਾ ਜੀ ਇਹਨੂੰ ਵਿਚਾਰੀ। ਚੱਲ ਕੋਈ ਨਾ ਪੁੱਤ, ਹੈ ਫੇਰ ਕੀ ਹੋ ਗਿਆ, ਅਗਲੀ ਵਾਰ ਪੇਪਰ ਦੇ ਤੂੰ ਉਹਦੇ ਜ਼ਖਮਾਂ ਤੇ ਮਿਰਚਾਂ ਲਾਈ ਜਾਨੀ ਆ। ਬੇ ਜ਼ਖਮਾਂ ਤੇ ਤਾਂ ਮੇਰੇ ਮਿਰਚਾਂ ਲੱਗੀਆਂ ਪੰਗਾਂ ਨੇ, ਤੁਹਾਡੇ ਨਹੀਂ ਲੱਗਦੀਆਂ, ਤੁਸੀਂ ਤਾਂ ਪਿਓ ਤੇ ਇੱਕੋ ਜਿਹੇ ਹੋਏ ਪਏ ਹੋ, ਨੂੰ ਸਹੁਰਾ। ਗੱਲ ਸੁਣ ਲੈ ਮੇਰੀ, ਕੰਨ ਖੋਲ ਕੇ, ਜੇ ਕੁੜੀ ਨੂੰ ਹੁਣ ਕੁਛ ਕਿਹਾ ਆ ਤੂੰ ਨਾਲ ਦਾਜ ਦਾਜ ਲਾਈ ਜੀ, ਇਹ ਕੀ ਲਾਏ, ਅਸੀਂ ਲੈਣੇ ਨੀ ਕੁਛ, ਰੱਬ ਨੇ ਸਾਨੂੰ ਬਥੇਰਾ ਕੁਛ ਦਿੱਤਾ। ਹਾਂ ਤੈਨੂੰ ਤਾਂ ਬਾਹਲਾ ਕੁਛ ਦਿੱਤਾ, ਜਿਹੜਾ ਘਰੇ ਹੈਗਾ ਵੀ ਵੇਚ ਦੇ ਚੱਕ ਕੇ। ਉਹ ਮੇਰੇ ਸਾਲਿਆ ਜੀ ਹੋਰ ਹੀ ਮਰਦੀ ਆ, ਮੈਂ ਤਾਂ ਮਾਰੀ ਫਿਰ ਤੂੰ ਮੇਰੇ,
ਅਗਲੀ ਵਾਰ ਹੋਰ ਪੇਪਰ ਆਉਂਦੇ ਰਹਿੰਦੇ ਇਹਦਾ ਕੀ ਆ ਪੋਸਟਾਂ ਨਿਕਲਦੀ ਜਾਂਦੀਆਂ ਰਹਿੰਦੀਆਂ ਕੋਈ ਗੱਲ ਨੀ ਇੱਕ ਅੱਧੇ ਨੰਬਰ ਤੇ ਫੇਲ ਹੋਈਆਂ ਕੋਈ ਗੱਲ ਨੀ ਪੁੱਤ ਚੁੱਪ ਕਰ ਮੈਂ ਇਹਦੇ ਨਾਲ ਕਰਦਾ ਮੇਰੇ ਸਾਲਿਆਂ ਦੀ ਨਹੀਂ ਗੱਲ ਸੁਣ ਕਿੱਥੇ ਨੂੰਹ ਨੂੰ ਹੌਸਲਾ ਦੇਣਾ ਸੀ ਹੈਂ ਜੇ ਉਹਨੇ ਕੁਛ ਕਰ ਲਿਆ ਮਰ ਲਿਆ ਤੈਨੂੰ ਫਾਂਸੀ ਲੱਗ ਜੂ ਮੇਰੇ ਸਾਲੇ ਦੀ ਥਾਣੇ ਵਾਲੇ ਸਾਰੇ ਚੱਕ ਲਿਆ ਉਹਦੀ ਪਰਚਾ ਪਾ ਦੇਣ ਘਰ ਵਾਲੇ ਕਹਿਣਗੇ ਦਾਜ ਮੰਗਦੇ ਸੀ ਬੇ ਉਹ ਤਾਂ ਮਗਰੋਂ ਪਾਉਣਗੇ ਪਰਚਾ ਮੈਨੂੰ ਲੱਗਦਾ ਪਹਿਲਾਂ ਤੂੰ ਪਵਾਏਗਾ ਮੇਰੇ ਤੇ ਜੇ ਗੱਲ ਸੁਣ ਤੂੰ ਠੰਡੇ ਦਿਮਾਗ ਨਾਲ ਸੋਚ ਜੇ ਆਪਾਂ ਨੇ ਕੁੜੀ ਹੁੰਦੀ ਫੇਲ ਹੋ ਜਾਂਦੀ ਫੇਰ ਆਪਾਂ ਨੂੰ ਕੀ ਕਹਿੰਦੇ ਹੌਸਲਾ ਹੀ ਦਿੰਦੇ ਨਾ ਬੇ ਜਦੋਂ ਦੀਆਂ ਗੱਲਾਂ ਹੁੰਦੀਆਂ ਜੇ ਬੇ ਜੇ ਨੂੰ ਨਾ ਲਿਆ ਕਰ ਵਿੱਚ ਹਾਂ ਜੇ ਹੁੰਦੀ ਕੁੜੀ ਹੁਣ ਤਾਂ ਹੈ ਨਹੀਂ ਨਾ ਪਰ ਐ ਸਮਝ ਲਓ ਆਪਾਂ ਦੀ ਕੁੜੀ ਆ ਉਹ ਆਹੋ ਤੇਰੀ ਕੁੜੀ ਆ ਤੂੰ ਬਣਾ ਕੇ ਰੱਖਿਆ ਕਰ ਉਹਨੂੰ ਕੁੜੀ ਉਹ ਨੂੰਹਾਂ ਕੁੜੀਆਂ ਹੀ ਹੁੰਦੀਆਂ ਧੀਆਂ ਹੀ ਹੁੰਦੀਆਂ ਕਮਲੀਏ ਜੇ ਉਹਨੂੰ ਸਮਝੀਏ ਤਾਂ ਮੈਂ ਤਾਂ ਆਪੇ ਕਮਲੀ ਆ ਜਿਹੜੀ ਦਿਮਾਗ ਮਾਰਦੀਆਂ ਤੁਹਾਡੇ ਨਾਲ ਸਾਰਾ ਦਿਨ ਮੈਂ ਨਾਲੇ ਤੈਨੂੰ ਪਤਾ ਜਿੰਨੀਆਂ ਗੱਲਾਂ ਕਹੀਆਂ ਸੀ ਮੈਂ ਸਾਰੀਆਂ ਸੱਚ ਹੋ ਗਈਆਂ ਤੂੰ ਹੈ ਇੱਕ ਵਾਲੀ ਜੀਵ ਵਾਲੀ ਤੇਰੀ ਤਾਂ ਗੋਰੀ ਜੀਵ ਆ ਹੋਰ ਮੈਂ ਤਾਂ ਵੜਵਾਏਗੀ ਵੜਵਾਏਗੀ ਨਾਲੇ ਹੋਰ ਬੇ ਟਿਕ ਜਾ ਕਰ ਉਹ ਮੈਂ ਟਿਕਿਆ ਹੋਇਆ ਤੈਨੂੰ ਨਾ 25-26 ਸਾਲ ਹੋ ਗਏ ਚੱਲਦੇ ਨੂੰ ਹੁਣ ਨਹੀਂ ਚੱਲਦਾ ਗੱਲ ਸੁਣ ਜੇ ਉੱਚੀ ਆਵਾਜ਼ ਚ ਬੋਲੀ ਨਾ ਤੇਰੀਆਂ ਲੱਤਾਂ ਮੈਂ ਵੱਢੂੰਗਾ ਇਹ ਗੱਲ ਯਾਦ ਰੱਖੀ ਮੈਂ ਭੁੱਲ ਜੂੰਗਾ ਤੂੰ ਮੇਰੇ ਘਰ ਵਾਲੀ ਆ ਬੇ ਭੁੱਲਿਆ ਤਾਂ ਫਿਰਦਾ ਹੀ ਆ ਬੇ ਤੁਸੀਂ ਤਾਂ ਸਾਰੇ ਟੱਬਰ ਨਾ ਇਕੱਠਾ ਹੋਇਆ ਫਿਰਦਾ ਲੁੱਚਿਆਂ ਦਾ ਟੱਬਰ ਹੋਇਆ ਪਿਆ ਸਾਰਾ ਲੁੱਚ ਨੂੰ ਮੈਂ ਤੇਰੀ ਭੈਣ ਛੇੜ ਲਈ ਮੇਰੇ ਸਾਲਿਆਂ ਦੀ ਕਿਵੇਂ ਕਹਿੰਦੀ ਉਹ ਗੱਲਾਂ ਹੀ ਕਰ ਲੱਗ ਜਾ ਭੈਣ ਛੇੜ ਲਾ ਆ ਹੋਰ ਦੀਵੇਂ ਬਥੇਰੀਆਂ ਨੇ ਮੈਨੂੰ ਸਭ ਪਤਾ ਹੈਗਾ ਜਿਵੇਂ ਕੱਢ ਕੇ ਲਿਆ ਤੇਰੀ ਭੈਣ ਲੁੱਚਾ ਲੁੱਚਾ ਕਰੀ ਜਾਂਦੀ ਰਹਿਣੀ ਗੱਲ ਸੁਣ ਲਿਆ ਕਰ ਮੈਥੋਂ ਭੁੱਖਾ ਨਾ ਖਾ ਲਈ ਜੇ ਮਾਰਿਆ ਨਾ ਮੁੱਕਾ ਦੰਦ ਤੇਰੇ ਗਿਰੀਆਂ ਵਾਂਗੂ ਬਾਹਰ ਡਿੱਗਣਗੇ ਸਮਝ ਗਈ ਮੈਂ ਚੁੱਪ ਕਰ ਜਾ ਮੁੰਡਾ ਆ ਗਿਆ ਨਾਲੇ ਹੁਣ ਬੋਲੀ ਤੇ ਦੇਖ ਲੜੂਗਾ ਉਹ ਤੂੰ ਤਾਂ ਡਰਦਾ ਨੀ ਮੈਨੂੰ ਕੀ ਕਹਿਣਾ ਵਾ ਵਗ ਜਾ ਨਿਕਲ ਜਾ ਤੀਵੀਂ ਲੈ ਕੇ ਵਗ ਜਾ ਕੋਈ ਹਾਂ ਮੈਥੋਂ ਦੁਖੀ ਹੋਇਆ ਪਿਆ ਤੂੰ ਪੁੱਠੀ ਮਰੂ ਮੇਰੇ ਸਾਲਿਆਂ ਦੀ ਤੂੰ ਸਿੱਧਾ ਮਰ ਲਾ ਜਾਂ ਵਗ ਜਾ ਬਾਹਰ ਜੇ ਬੋਲੀ ਦੇਖ ਲਈ ਬੋਲੀਆਂ ਫਿਰ ਮੇਰੇ ਕੋਲ ਕੀ ਬੜੇ ਮੇ ਲੈਣ ਆਇਆ ਸੀ ਇੱਥੇ ਉਹ ਤੈਨੂੰ ਸਮਝਾਉਣ ਆਇਆ ਸੀ ਹਾਂ ਸਮਝਾਉਣਾ ਵੱਡਾ ਜੱਜ ਉਸ ਨੂੰ ਜੱਜ ਲੱਗਿਆ ਹੋਇਆ ਸਮਝਾਉਣ ਨੂੰ ਮੈਨੂੰ ਵੀ ਮੈਂ ਤਾਂ ਆਪਦੇ ਕੇਸ ਆਪੇ ਨਿਬੜ ਲੈਣੀ ਹੁੰਦੀ ਆ ਪੰਚਰ ਨਾ ਹੋਵੇ ਤਾਂ ਗਾਲਾਂ ਲੈਂਦਾ ਫਿਰ ਕਹੂਗਾ ਮੈਨੂੰ ਗਾਲਾਂ ਕੱਢ ਦਈਏ ਲੈ ਮੈਨੂੰ ਲੱਗਦਾ ਹੋ ਗਿਆ ਉਹੀ ਕੰਮ ਕਮਾ ਬੁਢਾਈਆਂ ਹੋਣ ਆਇਆ ਬਸ ਰਹਿਣ ਦੋ ਹੋਰ ਮਜ਼ਾਕ ਨਾ ਕਰੋ ਠੀਕ ਹੈ ਨਾ ਪਹਿਲੇ ਬਹੁਤ ਕੁਝ ਸੁਣ ਲਿਆ ਕਿਉਂ ਮਜ਼ਾਕ ਨਾ ਕਰੋ ਮੇਰੀ ਗੱਲ ਸੁਣ ਬਹੁਤ ਬਹੁਤ ਬੁਢਾਈਆਂ ਹੋਣ ਲੋਕ ਤਾਂ ਮੈਨੂੰ ਪਾਰਟੀਆਂ ਮੰਗੀ ਜਾਂਦਾ ਕਿਉਂ ਤੁਸੀਂ ਲੂਣ ਛਿੜਕ ਦਿਓਗੇ ਜਗਮਾ ਤੇ ਮੇਰੇ ਜਗਮਾ ਤੈਨੂੰ ਉਹ ਮੈਨੂੰ ਲੱਗਾ ਹੋ ਗਿਆ ਉਹੀ ਕੰਮ ਉਹ ਜਦੋਂ ਮੂੰਹ ਬਣਾ ਲਿਆ ਮੈਂ ਤਾਂ ਤੇਰੇ ਨਾਲ ਚੌੜ ਕਰੀ ਜਾਂਦਾ ਸੀ ਨਾ ਉਹ ਕੀ ਸੀ ਕਹਿੰਦੇ ਸੀ ਇੱਕ ਨੰਬਰ ਚ ਰਹਿ ਜੀ ਤੂੰ ਉਹ ਤਾਂ ਮਜ਼ਾਕ ਕੀਤਾ ਸੀ ਮੈਂ ਦੱਸਦਾ ਤੈਨੂੰ ਗੱਲ ਹੈ ਆ ਪੋਸਟਾਂ ਵਾਲੇ ਦਾ ਕਿਵੇਂ ਫੋਨ ਆਈ ਜਾਂਦਾ ਹੈਲੋ ਉਹ ਹਾਂ ਹਾਂ ਅੱਛਾ ਠੀਕ ਆ 20 ਤਰੀਕ ਆ ਵਧਾਈਆਂ ਤੈਨੂੰ ਵੀ ਵਧਾਈਆਂ ਅੱਛਾ ਲੱਗ ਗਈ ਤਹਿਸੀਲਦਾਰ ਨੀ ਪੱਕਾ ਉਹ ਪਾਰਟੀ ਤੈਨੂੰ ਦੇਵਾਂਗੇ ਠੀਕ ਆ 1.5 ਲੱਖ ਦੀ ਨੌਕਰੀ ਉਹ ਕੋਈ ਗੱਲ ਨੀ ਕੋਈ ਗੱਲ ਉਹ ਗੱਲ ਪੈਸਿਆਂ ਦੀ ਨੀ ਪਤਾ ਹਾਂ ਹਾਂ ਮਿਹਨਤ ਕੀਤੀ ਦਾ ਮੁੱਲ ਮੁੜ ਗਿਆ ਨਾ
ਹਾਂ 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 ਉਹ ਤੁਹਾਡੇ ਕੰਮ ਕਰਾ ਦਿਆ ਕਰਾਂਗੇ। ਅੱਛਾ ਅੱਛਾ ਨਾ ਨਾ ਕੋਈ ਨਾ ਕੋਈ ਨਾ ਉਹ ਲੈ ਅਖੇ ਕਚਹਿਰੀਆਂ ਚ ਆਪਦਾ ਬੰਦਾ ਹੋ ਜੂ। ਉਹ ਕੋਈ ਨਾ ਹਾਂ ਹਾਂ ਠੀਕ ਆ ਠੀਕ ਆ ਓਕੇ ਓਕੇ ਠੀਕ ਆ ਚੱਲ ਕੰਮੋ ਨਾ ਮਜ਼ਾਕ ਕਰ ਗਏ ਪਹਿਲਾਂ ਡਰਾ ਦੇ ਗਏ ਮਾੜਾ ਜਿਹਾ। ਹੈਲੋ ਕੰਮੋ ਯਾਰ ਨਾ ਹੁਣ ਮੰਮੀ ਨੂੰ ਕੀ ਜਵਾਬ ਦੇਵੇਂਗੀ ਤੂੰ ਤਾਂ ਪੇਪਰ 'ਚੋਂ ਫੇਲ ਹੋ ਗਈ ਹੁਣ ਮੰਮੀ ਨੇ ਤਾਂ ਤੇਰਾ ਜਿਉਣਾ ਤੂੰ ਬਰਬਾਦ ਕਰ ਦੇਣਾ ਗਾ ਬਈ ਆਪ ਹੀ ਜਵਾਬ ਦੇ ਦੀ ਮੈਂ ਨਹੀਂ ਕੁਛ ਕਹਿ ਸਕਦਾ ਮੈਂ ਆਉਣਾ ਘੰਟਾ ਕੁ ਠੀਕ ਹੈ ਠਹਿਰ ਕੇ। ਅੱਛਾ ਮਜ਼ਾਕ ਸੀ ਇਹ ਚੱਲ ਕੋਈ ਨਾ ਹੁਣ ਬਸ ਨੌਕਰੀ ਮੈਂ ਕਰਨੀ ਵੀ ਹੈ ਨੀਗੀ। ਮੈਂ ਤਾਂ ਤੈਨੂੰ ਮਜ਼ਾਕ ਕਰਦਾ ਸੀ ਤੈਨੂੰ 1.5 ਲੱਖ ਵਾਲੀ ਨੌਕਰੀ ਮਿਲ ਗਈ। 1.5 ਲੱਖ ਵਾਲੀ ਨੌਕਰੀ ਨਾਲੇ ਕਹਿੰਦੇ ਸੀ ਫੇਲ ਹੋ ਗਈ ਇਹ ਦੇਖਾਂ ਭਲਾ ਪੁੱਛਾਂ ਜਾ ਕੇ ਕੀ ਕਹਿੰਦੇ ਨੇ 1.5 ਲੱਖ ਪਤਾ ਤਾਂ ਕਰਾਂ ਤਾਂ ਬੇਬੇ ਆਈ ਜਾਂਦੀ ਆ ਲੈ ਨੀ ਮੈਂ ਮਰ ਜਾ ਮੇਰੀ ਤੀ ਕਰਮਾ ਵਾਲੀ ਨੀ ਮੇਰੀ ਨੂੰ ਤੇ ਕਿਸਮਤ ਖੜ ਗਈ ਉਰੇ ਹੋ ਜਾ ਬੇ ਮੋਹ ਕਰ ਲੈ ਤੇ ਤਮਾਸ਼ਾ ਕਰ ਕੀ ਹੋ ਗਿਆ ਤੂੰ ਬੇਬੇ ਨੂੰ ਕਹਦੇ ਕੀ ਹੋ ਗਿਆ ਪੁੱਤ ਕੁਛ ਕਿਹਾ ਇੰਨੀ ਗੁੱਸੇ ਚ ਪੁੱਤ ਚੱਲ ਮੈਂ ਮਠਾਈ ਲੈ ਕੇ ਆਉਣਾਗਾ ਹਾਂ ਬਸ ਰਹਿਣ ਦੋ ਬੈਠੋ ਤੁਸੀਂ ਵੀ ਤੁਹਾਨੂੰ ਵੀ ਮਾੜਾ ਮੋਟਾ ਕੁਛ ਪਤਾ ਲੱਗੂਗਾ ਆ ਚੱਕ ਪੇਪਰ ਮੈਂ ਨੌਕਰੀ ਨਹੀਂ ਕਰੂੰਗੀ ਬੇਬੇ 15 ਦੇ ਵੀ ਨਾ 20 ਪਸੂ ਲਿਆ ਕੇ ਬੰਨ ਮੈਂ ਗੋਹਾ ਕੂੜਾ ਕਰੂੰਗੀ ਨਾ ਪੁੱਤ ਐਡੀ ਸੋਹਣੀ ਸੁਨੱਖੀ ਮੇਰੀ ਨੂੰ ਤੂੰ ਗੋਹਾ ਕੂੜਾ ਘਰ ਦੀ ਪੁੱਤ ਸੋਹਣੀ ਲੱਗਦੀ ਆ ਨਾਲੇ ਆਹ ਤੀਵੀਆਂ ਜਿਹੜੀਆਂ ਆ ਕੇ ਗੱਲਾਂ ਕਰਦੀਆਂ ਸੀ ਹੁਣ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਵੀ ਰੋਜ਼ ਕਹਿੰਦਾ ਸੀ ਤੇਰੀ ਨੂੰ ਤਾਂ ਉਹੀ ਬੈਠੀ ਰਹਿੰਦੀ ਆ ਵੀ ਮੈਨੂੰ ਤਾਂ ਇਹੀ ਬੁਲਵਾ ਦਿੰਦਾ ਬਸ ਕਰਮਾ ਜਿਹੜੇ ਤੂੰ 2 ਮਹੀਨੇ ਕੰਮ ਕੀਤਾ ਨਾ ਸਾਰੀ ਦਿਹਾੜੀ ਕੰਮ ਕਰਿਆ ਕਰੂੰਗੀ ਮੈਂ ਠੀਕ ਹੈ ਜਿਹੜੇ ਇਹਨਾਂ ਦੇ ਲੋਕ ਗੱਲਾਂ ਕਰਦੇ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਪੁੱਤ ਤੂੰ ਮੇਰੇ ਮੂਹਰੇ ਹੱਥ ਨਾ ਜੋੜ ਪੁੱਤ ਐ ਕਰ ਤੂੰ ਲੱਡੂ ਲੈ ਕੇ ਆ ਛੇਤੀ ਕਰ ਨਾ ਬੇਬੇ ਰਹਿਣ ਦੇ ਭੁੱਖੇ ਨੰਗਿਆਂ ਦੀ ਤਾਂ ਮੈਂ ਹੈਗੀ ਹੈਗੀ ਠੀਕ ਹੈ ਰੋਟੀ ਤਾਂ ਮੈਂ ਰੱਜ ਕੇ ਇੱਥੇ ਆ ਕੇ ਖਾਣ ਲੱਗ ਗਈ ਆ ਇੱਥੇ ਆ ਕੇ ਮੈਨੂੰ ਨਖਰੇ ਆਉਣ ਲੱਗ ਗਏ ਲੋੜ ਨੀ ਬੇਬੇ ਆਹ 1.5 ਲੱਖ ਕੀ ਆ ਇਹ ਤਾਂ 2 ਕਿੱਲਿਆਂ ਦਾ ਠੇਕਾ ਹੀ ਆ ਜਾਂਦਾ ਗਾ ਕੀ ਲੋੜ ਹੈਗੀ ਮੈਨੂੰ ਨੌਕਰੀ ਕਰਨ ਦੀ ਤੁਹਾਡਾ ਤਾਂ ਏਡਾ ਤਕੜਾ ਘਰ ਹੈਗਾ ਨਾਲੇ ਤੁਹਾਨੂੰ ਦਾਜ ਚਾਹੀਦਾ ਗਾ ਦਾਜ ਤੁਹਾਨੂੰ ਮਿਲ ਜੂਗਾ ਮੈਂ ਆਪਦੇ ਬਾਪੂ ਨੂੰ ਕਹਿ ਦੂੰ ਘਰ ਵੇਚ ਦੂਗਾ ਤੁਹਾਡਾ ਘਰੇ ਦਾਜ ਆ ਜੂਗਾ ਪਰ ਮੈਂ ਕੰਮ ਨਹੀਂ ਕਰਨਾ ਹੁਣ ਨਾ ਮੈਂ ਨੌਕਰੀ ਕਰਾਂ ਘਰ ਦਾ ਕੰਮ ਕਰੂੰਗੀ ਤੇਰੀਆਂ ਵੀ ਅੱਖਾਂ ਠੰਡੀਆਂ ਰਹਿਣੀਆਂ ਬਸ ਠੀਕ ਹੈ ਨਾ। ਬੇਬੇ ਤੂੰ ਦਾਜ ਮੰਗਿਆ ਤੂੰ ਤੈਨੂੰ ਸੰਗ ਆਉਣੀ ਚਾਹੀਦੀ ਆ ਪਹਿਲਾਂ ਤੂੰ ਬਾਪੂ ਤੋਂ ਇੰਨਾ ਸਮਾਨ ਮੰਗਾਉਂਦੀ ਰਹੀ ਆ 1.5 ਗੇੜ ਤਾਂ ਬਾਪੂ ਲੀਮਾ ਕਰਤਾ ਤੂੰ ਬਸ ਕਰ ਰਹਿਣ ਦੋ ਬੇਬੇ ਨੂੰ ਕੀ ਕਹਿਣਾਗਾ ਨਾਲੇ ਬੇਬੇ ਮੈਂ ਕਿਹਦੇ ਕਰਕੇ ਪੜ੍ਹਦੀ ਸੀ ਇਸ ਘਰ ਕਰਕੇ ਵੀ ਸਾਡਾ ਫਿਊਚਰ ਵਧੀਆ ਹੋਊ ਸਾਡੇ ਬੱਚਿਆਂ ਦਾ ਫਿਊਚਰ ਵਧੀਆ ਹੋਊ ਸਾਡਾ ਪਰਿਵਾਰ ਸਿਰ ਉੱਚਾ ਕਰਕੇ ਤੁਰੂਗਾ ਨਾ ਕਮਾਈ ਕਿਹਦੇ ਘਰੇ ਆਉਣੀ ਸੀ ਇਸ ਘਰੇ ਮੇਰੇ ਪੇਕਿਆਂ ਦੇ ਘਰੇ ਨਹੀਂ ਸੀ ਜਾਣੀ ਤੇ ਬਾਕੀ ਗੱਲ ਰਹੀ ਚੜ੍ਹਤ ਕਿਹਦੀ ਹੋਣੀ ਸੀ ਪਿੰਡ 'ਚ ਤੁਹਾਡੀ ਮੇਰੇ ਬਾਪ ਦੀ ਨਹੀਂ ਸੀ ਹੋਣੀ ਜੇ ਮੈਂ ਨੌਕਰੀ ਕਰਦੀ ਵੀ ਅਗਲਾ ਕਹਿੰਦਾ ਫਲਾਨਿਆਂ ਦੀ ਨੂੰਹ ਆ ਤਹਿਸੀਲਦਾਰ ਨੀ ਸਾਰਾ ਕੁਛ ਬੇਬੇ ਇਸ ਘਰ ਖਾਤਰ ਕਰਦੀ ਸੀ ਮੈਂ ਪਰ ਤੂੰ ਮੈਨੂੰ ਮਿਹਣੇ ਦੇ ਦੇਣਾ ਮੈਨੂੰ ਜਮਾ ਹੀ ਤੂੰ ਮਾਰਤਾ ਠੀਕ ਆ ਮੇਰੇ ਅੰਦਰ ਦੇ ਅਰਮਾਨ ਮਾਰਤੇ ਮੈਂ ਹੁਣ ਨੌਕਰੀ ਨਹੀਂ ਕਰਨੀ ਤਾਂ ਨਹੀਂ ਕਰਨੀ ਬਸ ਨਾ ਪੁੱਤ ਧੀਏ ਅਹੀ ਜੀਆਂ ਗੱਲਾਂ ਨਾ ਕਰ ਮੈਂ ਭੁੱਖੇ ਨੰਗਿਆਂ ਦੀ ਠੀਕ ਆ ਬੇਬੇ ਬਸ ਮੈਂ ਕੁਛ ਨਹੀਂ ਭੁੱਖ ਨੰਗ ਕਿਉਂ ਕਹਿਨੀ ਆ ਤੂੰ
ਮੇਰੀ ਤਾਂ ਮੱਚਣੀ ਜੀਵ ਜਾਈ। ਹੁਣ ਪਤਾ ਲੱਗ ਗਿਆ, ਹੁਣ ਪਤਾ ਲੱਗ ਗਿਆ ਦੇ ਘਰਦਿਆਂ ਨੇ ਕੀ ਕਮਾਈ ਦਿੱਤੀ ਐ ਇਹਨੂੰ, ਲੱਗ ਗਿਆ। ਹਾਂ ਪੁੱਤ, ਹਾਂ ਦਾਜ ਨਹੀਂ ਚਾਹੀਦਾ ਹੁੰਦਾ, ਪੜ੍ਹਾਈ ਲਿਖਾਈ ਗਿਆਨ ਚਾਹੀਦਾ ਹੁੰਦਾ। ਪੁੱਤ ਲੱਗ ਗਿਆ ਪਤਾ, ਮੈਂ ਆਪਣੇ ਆਪ ਨੂੰ ਪੁੱਤ ਬਹੁਤ ਮਾੜੀ ਸਮਝਦੀ ਆ, ਮੇਰੀ ਜ਼ਬਾਨ ਚੋਂ ਕੀੜੇ ਪੈ ਜਾਣ। ਪੁੱਤ ਮੈਂ ਤੈਨੂੰ ਇੰਨਾ ਮਾੜਾ ਬੋਲੀ, ਮੈਨੂੰ ਪਤਾ ਪੁੱਤ ਤੇਰੇ ਮਾਂ ਪਿਓ ਨੇ ਪੜ੍ਹਾਇਆ ਤੇ ਤੂੰ ਪੜ੍ਹਾਈ ਦਾ ਲੜ ਛੱਡਿਆ ਨੀ, ਤੇ ਅੱਜ ਤੈਨੂੰ ਤੇਰੀ ਪੜ੍ਹਾਈ ਨੇ ਆ ਚੰਗਾ ਫਲ ਦੇਤਾ। ਪੁੱਤ ਮੈਂ ਕਹਿੰਦੀ ਹਾਂ ਹਰ ਕਿਸੇ ਦਿੱਤੀ ਅਸੀਂ ਪੜ੍ਹੇ ਪੁੱਤ, ਜਿਵੇਂ ਤੂੰ ਪੜ੍ਹਦੀ ਆ ਤੇ ਜਿਵੇਂ ਤੂੰ ਨੌਕਰੀ ਤੇ ਲੱਗ ਗਈ। ਪੁੱਤ ਪੁੱਤ ਤੂੰ ਸਮਝਾ। ਬਸ ਸਨੀ ਮੈਂ ਨੌਕਰੀ ਨੀ ਕਰਨੀ, ਠੀਕ ਹੈ? ਘਰ ਆਈ ਲਕਸ਼ਮੀ ਨੀ ਮੋੜਦੇ ਹੁੰਦੇ ਪੁੱਤ? ਨਾ ਬੇਬੇ, ਲਕਸ਼ਮੀ ਗਈ ਹੋਈ ਚੰਗੀ ਹੈਗੀ, ਇਹਨੇ ਤਾਨੇ ਮਿਹਣੇ ਨਾਲੋਂ। ਬਸ ਨਾ ਪੁੱਤ, ਤੂੰ ਆਏ ਆਪਦੀ ਮਾਂ ਸਮਝ ਲਾ। ਪੁੱਤ ਮੈਂ ਤੈਨੂੰ ਮਾੜਾ ਚੰਗਾ ਕਹਿਤਾ, ਪੁੱਤ ਤੂੰ ਆਪਦੀ ਮਾਂ ਸਮਝ ਕੇ ਮੈਨੂੰ ਮਾਫ਼ ਕਰ ਦੇ। ਪੁੱਤ ਤੂੰ ਸਮਝਾ ਮੈਥੋਂ ਤਾਂ। ਬਸ ਸਨੀ ਕੰਮ ਕਰੂਗਾ, ਚੰਗਾ ਲਿਆਵੇ ਮਾੜਾ ਲਿਆਵੇ, ਮੈਂ ਤਾਂ ਬਹਿ ਕੇ ਖਾਊਂਗੀ। ਹੁਣ ਮੈਂ ਨੀ ਨੌਕਰੀ ਕਰਦੀ, ਸਾਰੀ ਸਾਰੀ ਦਿਹਾੜ ਬਾਹਰ ਰਹੂੰਗੀ, ਘਰ ਦਾ ਕੰਮ ਕਰੂੰਗੀ, ਨੀਂਦ ਹਾਲ ਬਰਾਣ ਕਰੂੰਗੀ, ਲੋੜ ਨੀ ਮਾਂ ਮੈਨੂੰ, ਮੈਂ ਕੰਮ ਮੈਂ ਆਪੇ ਕਰੂੰਗਾ। ਨਾ ਨਾ ਮੈਂ ਸਨੀ ਮੈਂ ਘਰ ਦਾ ਕੰਮ ਕਰਿਆ ਕਰੂੰ, ਠੀਕ ਹੈ? ਤੁਸੀਂ ਕੰਮ ਕਰਿਓ ਜੋ ਵੀ ਕਰਨਾ। ਠੀਕ ਹੈ, ਮੈਂ ਪਹਿਲਾਂ ਵੀ ਕਰਦੀ ਸੀ ਪੁੱਤ, ਮੈਂ ਇਹਨੂੰ ਮੈਂ ਇਹਦੇ ਕੱਪੜੇ ਵੀ ਪ੍ਰੈਸ ਕਰਦਾ ਕਰੂੰ। ਨਾ ਨਾ ਡਿਊਟੀ ਤੇ ਜਾ ਰਿਹਾ, ਮੈਂ ਤਾਂ ਪ੍ਰੈਸ ਕਰੇ ਪਾ ਲੂੰ, ਮੈਂ ਤਾਂ 200 ਵਾਲਾ ਪਾ ਲੂੰ, 100 ਵਾਲਾ ਪਾ ਲੂੰ, ਸੇਲ ਚੋਂ ਚੱਪਲਾਂ ਲਿਆਉਂ 50 ਰੁਪਏ ਵਾਲੀਆਂ, ਮੈਂ ਨਹੀਂ ਕੁਛ ਵੀ ਕਰਨਾ। ਬਸ ਨੌਕਰੀ ਤੇ ਧੱਕਾ ਨਾ ਦੇ, ਤੂੰ ਇੰਨੇ ਸਾਲ ਮਿਹਨਤ ਕੀਤੀ ਆ ਪੁੱਤ, ਨਾ ਪੁੱਤ ਮੇਰਾ ਕਰਕੇ ਧੱਕਾ ਨਾ ਦੇ। ਪੁੱਤ ਦੇਖ ਮੈਂ ਘਰੋਂ ਵਗ ਜਾਂਦੀ ਆ, ਜੇ ਮੇਰਾ ਕੋਈ ਤੁਹਾਨੂੰ ਦੁੱਖ ਆ ਪੁੱਤ ਸਾਰਾ ਕੁਝ ਸੋਚ ਲੈ। ਮੈਂ ਮੇਰੇ ਭੇਜ ਦੇ, ਮੇਰਾ ਤਾਂ ਪਹਿਲੇ ਹੀ ਬਹੁਤ ਦਿਮਾਗ ਖਰਾਬ। ਚੱਲ ਮਾਂ ਤੂੰ ਵਗ ਜਾ ਕੋਈ ਨਾ। ਚੱਲ ਕੋਈ ਨਾ ਪੁੱਤ, ਠੰਡੇ ਦਿਮਾਗ ਨਾਲ ਸੋਚ ਲੈ। ਪੁੱਤ ਠੰਡਾ ਠੰਡਾ ਲੈ ਆ ਤੂੰ ਬਹੂ ਨੂੰ, ਮਾੜਾ ਮੋਟਾ ਦਿਮਾਗ। ਚੱਲ ਮੈਂ ਇਹਦਾ ਦਿਮਾਗ ਦਿੱਤਾ ਹੋਇਆ, ਮੈਂ ਠੰਡਾ ਲਿਆਉਣਾ। ਹਾਂ ਕੀ ਹੋ ਗਿਆ ਮੈਥੋਂ? ਹੱਲਾ ਪੁੱਤ ਵਧਾਈਆਂ, ਮੈਂ ਕੀ ਸੁਣਿਆ ਤੂੰ ਨੌਕਰੀ ਲਾ ਕੇ। ਚੱਲ ਅੱਜ ਮੇਰਾ ਸਿਰ ਉੱਚਾ ਕਰਤਾ ਹੈ, ਜਿਹੜੀ ਤੇਰੀ ਮਾਂ ਕਹਿੰਦੀ ਸੀ ਨਾ ਇਹ ਨੌਕਰੀ ਨਹੀਂ ਲੱਗ ਸਕਦੀ, ਐ ਨਹੀਂ ਕਰ ਸਕਦੀ ਹੈ, ਉਹਦੇ ਮੂੰਹ ਤੇ ਚਪੇੜ ਵੱਜੀ ਆ ਹੈ। ਕਹਿੰਦੇ ਹੁੰਦੇ ਆ ਕਿਹੜਾ ਗਿਆਨ ਪੜ੍ਹਾਈ ਨਾ ਬੰਦੇ ਦਾ ਤੀਜਾ ਨੇਤਰ ਆ, ਇਹਨੂੰ ਕੋਈ ਖੋ ਨਹੀਂ ਸਕਦਾ, ਤੇ ਅੱਜ ਤੂੰ 1.5 ਲੱਖ ਵਾਲੀ ਨੌਕਰੀ ਲੱਗ ਗਈ। ਚੱਲ ਕੋਈ ਨਾ ਪੁੱਤ, ਜਿਹੜੇ ਤੈਨੂੰ ਮਿਹਣੇ ਮਾਰੇ ਆ ਉਹ ਤੇਰਾ ਜੀ ਕਰਦਾ ਕਰ ਨੌਕਰੀ, ਨਹੀਂ ਕਰਦਾ ਤੇ ਨਾ ਕਰ ਨੌਕਰੀ। ਕੋਈ ਮੈਂ ਤੈਨੂੰ ਤੇਰੇ ਤੇ ਪ੍ਰੈਸ਼ਰ ਨਹੀਂ ਪਾਉਂਦਾ, ਨਾ ਮੈਨੂੰ ਕੋਈ ਲਾਲਚ ਆ ਪੈਸਿਆਂ ਦਾ, ਪਰ ਤੇਰੀ ਮਾਂ ਨੂੰ ਤੂੰ ਮੈਂ ਦਿਨਾ ਜਾ ਕੇ ਦਾਲ ਸਮਾਰ ਕੇ। ਬਾਪੂ ਜੀ ਨੌਕਰੀ ਕਰੀਦਾ ਤਾਂ ਫਾਇਦਾ ਗਾ ਨਾ, ਜੇ ਫੈਮਿਲੀ ਦੀ ਸਪੋਰਟ ਹੋਵੇ। ਤੁਸੀਂ ਦੇਖ ਲਓ ਬੇਬੇ ਤੋਂ ਗਾਲਾਂ ਲੈ ਲੈ ਕੇ ਮੈਨੂੰ ਪੜਾਉਂਦੇ ਵੀ ਰਹੇ, ਸਨੀ ਵੀ ਗਾਲਾਂ ਲੈਂਦਾ ਰਿਹਾ, ਪਰ ਬੇਬੇ ਨੂੰ ਸਮਝ ਨਹੀਂ ਆਈ ਹੈਗੀ। ਚੱਲ ਕੋਈ ਨਾ ਪੁੱਤ, ਉਹਦਾ ਕੀ ਆ, ਉਹ ਬੋਲਦੀ ਸੀ ਬੋਲ ਪੜਾਕਾ। ਚੱਲ ਕੋਈ ਗੱਲ ਨਹੀਂ, ਸੋਚਣ ਦਾ ਆ ਅਜੇ, ਕਿਹੜਾ ਤੁਹਾਨੂੰ ਨੌਕਰੀ ਨਾਲ ਦੀ ਨਾਲ ਜਾਣਾ ਅਜੇ, ਅਜੇ 5-10 ਦਿਨ ਪਏ ਆ ਜਵਾਇਨਿੰਗ 'ਚ, ਕੋਈ ਗੱਲ ਸੋਚਣੀ ਅਜੇ, ਠੀਕ ਆ? ਪਰ ਤੇਰੀ ਮਾਂ ਨਾਲ ਮੈਂ ਲਾਪਾ ਕਰਦਾ ਉਹਦੇ ਨਾਲ। ਹਾਏ 1.5 ਲੱਖ ਰੁਪਇਆ ਘਰੇ ਆਉਣਾ ਸੀ, ਆਹ ਮੈਂ ਕੀ ਕਰ ਲਿਆ, ਮੈਂ ਤਾਂ ਆਪਦੇ ਪੈਰ ਤੇ ਆਪ ਹੀ ਕਹਾੜਾ ਮਾਰ ਲਿਆ। ਕਿੱਥੇ ਮੇਰੀ ਆ ਮੱਚਣੀ ਕੁੱਤੀ ਜੀਵ ਨਾ ਮੇਰੀ ਇਹ ਜੀ ਆ, ਇਹਨੇ ਬਾਹਰ ਆ ਕੇ ਕੁਛ ਨਾ ਕੁਛ ਕਹੀ ਦੇਣਾ ਤੇ ਆਪ ਮੁੜ ਕੇ ਅੰਦਰ ਵੜ ਜਾਂਦੀ ਹੈ, ਮੈਂ ਕੀ ਕਰਾਂ ਆ ਮੇਰਾ ਕਰਕੇ। ਬਹੂ ਕਹਿੰਦੀ ਮੈਂ ਨੌਕਰੀ ਤੇ ਨਹੀਂ ਲੱਗਦੀ, ਹਾਏ ਮੈਂ ਕੀ ਕਰਾਂ ਹੁਣ, ਕੋਈ ਮਰ ਗਿਆ ਮੇਰੇ ਸਾਰੇ ਥੱਲੇ ਬੈਠੀਆਂ, ਖੜੀ ਹੋ ਜਾ ਖੜੀ ਹੋ, ਮੇਰੇ ਕੰਜਰਾ ਮੈਨੂੰ ਐਂ ਕਿਉਂ ਖਿੱਚਦਾ ਆ, ਹਾਏ ਬੇ ਮੈਨੂੰ ਤਾਂ ਬੜੀ ਪਛਤਾਵਾ ਹੋਇਆ ਪਿਆ। ਪਛਤਾਵਾ ਹੋਇਆ ਪਿਆ ਤੈਨੂੰ, ਗੱਲ ਸੁਣ ਲੈ, ਜੇ ਤੂੰ ਨਾ ਮਿਹਣੇ ਮਾਰਦੀ ਹੈ ਤੇ ਰੁਕ ਜਾਂਦੀ 10 ਮਿੰਟ ਹੈ, ਕਨਫਰਮ ਤੇ ਕਰ ਲੈਂਦੀ ਜਦ ਪਿਆਸ ਹੋਈ ਆ ਫੇਲ ਹੋਈ ਆ। ਬੇ ਕਿਹੜਾ ਫਾਰਮ ਕਰ ਲੈਂਦੀ, ਮੈਂ ਹਜੇ ਹੋਰ ਕਿੱਥੇ ਫਾਰਮ ਕਿਹੜਾ ਲੈਣਾ ਹੁਣ। ਚੁੱਪ, ਮੈਥੋਂ ਬਲੱਥਾ ਨਾ ਖਾ ਲਈ, ਬਹਿ ਚੁੱਪ ਕਰਕੇ।
ਕਹਿੰਦੇ ਹੁੰਦੇ ਆ ਜੀਵ 'ਚ ਵਜਨ ਨਹੀਂ ਹੁੰਦਾ ਤੇ ਸੰਭਾਲੀ ਕਿਸੇ ਕਿਸੇ ਤੋਂ ਜਾਂਦੀ ਆ, ਹੈ ਤੇਰੇ ਆਹ ਜੀਵ ਤੂੰ ਸੰਭਾਲ ਲੈਂਦੀ ਨਾ, ਆਹ ਕੁੱਤੀ ਜੀਵ ਤੇਰੀ ਵਾਲੀ, ਇਹਦੇ ਕਰਕੇ ਦੇਖ ਲਾ ਨੂੰਹ ਦਾ ਦਿਲ ਟੁੱਟ ਗਿਆ ਨਾ। ਤੁਮ ਐਂ ਦੱਸ ਜੇ ਉਹ ਪੜ੍ਹਦੀ ਕਿਹਦੇ ਖਾਤਰ ਪੜ੍ਹਦੀ, ਆਪਾਂ ਕਰਕੇ ਪੜ੍ਹਦੀ ਸੀ, ਹੈ ਪੈਸੇ ਕਿਹਨੇ ਕਮਾ ਲੈਣੇ ਸੀ, ਆਪਾਂ ਹੀ ਲੈਣੇ ਸੀ, ਨਾਮ ਕਿਹਦਾ ਹੁੰਦਾ, ਆਪਾਂ ਦਾ ਹੀ ਹੁੰਦਾ, ਹੈ ਬਸ ਕੰਮ ਨਹੀਂ ਕਰਦੀ, ਕੰਮ ਨਹੀਂ ਕਰਦੀ। ਆਹ ਪੜ੍ਹਾਈ ਹੁੰਦੀ ਨਾ ਇਹ ਬਹੁਤ ਤਕੜਾ ਗਹਿਣਾ ਹੁੰਦਾ, ਇਹ ਦਾਜ ਨਾਲ ਤਕੜਾ ਹੁੰਦਾ। ਲੱਕੜ ਕੀ ਹੈ, ਲੱਕੜ ਨੇ 2 ਮਹੀਨਿਆਂ ਬਾਅਦ 2 ਸਾਲਾਂ ਬਾਅਦ ਖਰਾਬ ਹੋ ਹੀ ਜਾਣਾ। ਪੜ੍ਹਾਈ ਬੰਦਾ ਖੋ ਨਹੀਂ ਸਕਦਾ ਹੁੰਦਾ, ਇੱਕ ਗਿਆਨ ਹੋਇਆ ਤੇ ਇੱਕ ਨਾਮ ਹੋਇਆ, ਬੰਦਾ ਨਾਮ ਜਪਦਾ ਕਿਹੜਾ ਉਹ ਵੀ ਕੋਈ ਖੋ ਨਹੀਂ ਸਕਦਾ, ਨਾਲ ਪਰਮਾਤਮਾ ਦੇ ਹੋਈ ਜਾਂਦਾ ਨਾਲ। ਸੁਣ ਲਈ ਗੱਲ ਹੁਣ, ਬੇ ਮੈਂ ਕੀ ਬੋਲਾਂ ਹੁਣ, ਮੈਂ ਆਪਦੀ ਗਲਤੀ ਮੰਨੀ ਜਾਂਦੀ ਹਾਂ ਵੀ ਮੇਰੀ ਆ ਕੁੱਤੀ ਜਵਾਨ ਨੇ ਸਾਰਾ ਖਰਾਬ ਕਰਤਾ ਕੰਮ, ਮੈਂ ਕੀ ਕਰਾਂ। ਕਹਿੰਦੇ ਹੁੰਦੇ ਆ ਕਿਹੜਾ ਊ ਜ਼ਖਮ ਹੋਇਆ ਆ ਉਹ ਭਰ ਜਾਂਦਾ ਹੁੰਦਾ, ਕਿਹੜੇ ਆ ਜੀਵ ਦੇ ਜ਼ਖਮ ਹੋਏ ਹੁੰਦੇ ਨਾ ਇਹ ਇਹ ਨਹੀਂ ਭਰਦੇ ਕਦੇ, ਆ ਮਿਹਣੋ ਮਿਹਣੀ ਹੁੰਦੇ ਨਾ ਇਹ ਸਾਰੀ ਉਮਰ ਬੰਦੇ ਯਾਦ ਰਹਿੰਦੇ ਆ। ਬੇ ਬੈਰੀਆ ਹੁਣ ਤਾਂ ਖੈੜਾ ਛੱਡ ਦੇ, ਹੁਣ ਤਾਂ ਬਹੂ ਨੇ ਵੀ ਮੈਨੂੰ ਬਥੇਰਾ ਕੁਛ ਕਹਿਤਾ, ਤੂੰ ਵੀ ਕਹਿਤਾ, ਬੇ ਮੈਂ ਤਾਂ ਮੂਤ ਦੀ ਝੱਗ ਮੰਗੂ ਬਹਿ ਗਈ, ਹੁਣ ਦੱਸ ਮੈਂ ਕੀ ਕਰਾਂ। ਉਹ ਬਹਿਤ ਗਈ, ਤੈਨੂੰ ਗਲਤੀ ਦਾ ਅਹਿਸਾਸ ਤੇ ਹੋ ਗਿਆ। ਮੈਂ ਤਾਂ ਲੋਕਾਂ ਨੂੰ ਵੀ ਕਹਿਣਾ, ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵੀ ਲੋਕਾਂ ਨੂੰ ਵੀ ਕਹਿਣਾ, ਕਿਹੜੀਆਂ ਸੱਸਾਂ ਹੁੰਦੀਆਂ ਕਈ ਵਾਰੀ ਆਪਦੀ ਨੂੰਹ ਨੂੰ ਪੜ੍ਹਨ ਨਹੀਂ ਦਿੰਦੀਆਂ, ਆਹ ਘਰ ਦਾ ਕੰਮ ਕੌਣ ਕਰੂਗਾ, ਐਂ ਕਰੂ, ਪਹਿਲਾਂ ਵੀ 20 ਸਾਲ ਕਰਦੇ ਰਹੇ, 2 ਸਾਲ ਜੇ ਤੁਸੀਂ ਹੋਰ ਕਰ ਲਓਗੇ ਫਿਰ ਕਿਹੜਾ ਮਰਨ ਲੱਗੇ, ਵੀ ਆਹ ਦੇਖ ਲਓ ਹੁਣ ਕਿਵੇਂ ਕੰਮੋਂ ਨੇ ਕੀਤਾ ਵਿਚਾਰੀ ਨੇ, ਨੌਕਰੀ ਲੱਗ ਗਈ ਪਰ ਉਹਨੇ ਘਰਦਿਆਂ ਨੇ ਉਹਦੇ ਮਜ਼ਾਕ ਕਰਤਾ ਸੀ, ਪਰ ਉਹਦੀ ਸੱਸ ਨੂੰ ਪਤਾ ਲੱਗ ਗਿਆ ਫੇਲ ਹੋ ਗਈ, ਕਰਤੀ ਸੀ। ਆਹੋ ਮੈਨੂੰ ਵੀ ਕਹਿ ਲੈਂਦੇ ਸਾਰੇ ਲੋਕਾਂ ਨੂੰ ਵੀ ਭਾਈ ਮੇਰੇ ਵਰਗੀਆਂ ਸੱਸਾਂ ਨਾ ਬਣਿਓ, ਭਾਈ ਜਿਹੜੀ ਨੂੰਹ ਹੁੰਦੀ ਆ ਉਹ ਇੱਕ ਧੀ ਹੁੰਦੀ ਆ, ਉਹ ਪੜ੍ਹ ਲਿਖ ਕੇ ਬਹੁਤ ਕੋਸ਼ਿਸ਼ ਕਰਦੀ ਆ ਉਹ ਕੁਛ ਲੱਗਣ ਦੀ, ਪਰ ਉਹਨੂੰ ਤੁਸੀਂ ਸਾਥ ਦਿਆ ਕਰੋ, ਹਰੇਕ ਸੱਸ ਮੇਰੇ ਵਰਗੀ ਨਾ ਬਣਿਓ, ਮੈਂ ਹੱਥ ਜੋੜ ਕੇ ਕਹਿੰਦੀ ਆ ਮੇਰੀ ਤਾਂ ਕੁੱਤੀ ਜਵਾਨ ਹੈ। ਉਹ ਦੇਖ ਲਾ ਹੁਣ ਉਹ ਕਹਿੰਦੀ ਮੈਂ ਨੌਕਰੀ ਤੇ ਨਹੀਂ ਲੱਗਦੀ, ਮੈਂ ਕੀ ਕਰੂੰ, ਜੇ ਮੈਂ ਪਹਿਲਾਂ ਉਹਦੇ ਨਾਲ ਵਧੀਆ ਰਹਿੰਦੀ ਤਾਂ ਸੁੱਖੀ ਸਾਂਦੀ ਉਹ ਖੁਸ਼ੀ ਖੁਸ਼ੀ ਨੌਕਰੀ ਤੇ ਲੱਗਦੀ, ਮੈਂ ਕੀ ਕਰਾਂ। ਕਹਿੰਦੇ ਹੁੰਦੇ ਆ ਕਹਿੰਦੇ ਜੀਵ ਚ ਜਵਾਨ ਵਜਨ ਨਹੀਂ ਹੁੰਦਾ, ਸੰਭਾਲੀ ਕਿਸੇ ਕਿਸੇ ਤੋਂ ਜਾਂਦੀ ਹੈ, ਤੇ ਨਾਲ ਕਹਿੰਦੇ ਹੱਡੀ ਨਹੀਂ ਹੁੰਦੀ, ਹੱਡੀਆਂ ਤੜਵਾ ਦਿੰਦੀ ਆ, ਹੱਡੀਆਂ ਤੜਵਾਉਣ ਵਾਲਾ ਕੰਮ ਇਹਨੇ ਆਪ ਹੀ ਕਰ ਲਿਆ ਸੀ। ਜਿਹੜੇ ਵੀਰ ਸਾਨੂੰ ਕਮੈਂਟ ਕਰਦੇ ਸੀ ਉਹਨਾਂ ਦਾ ਨਾਮ ਬੋਲਣ ਲੱਗੇ ਆ, ਸਾਵਨ ਮਹਿਤਾ ਤੇ ਵਰਿੰਦਰ ਸਿੰਘ ਮਰੇੜ, ਭੋਲਾ ਗਿੱਲ, ਕਰਨ ਸਿੱਧੂ, ਮਰਿੰਦਰ ਗਿੱਲ, ਹਰਜੀਤ ਕੌਰ, ਹਰਜਿੰਦਰ ਕੌਰ, ਮਨਜਿੰਦਰ ਕੌਰ ਤੇ ਗੋਪੀ ਤੇ ਪੁਰਾਣਾ ਵਿਰਸਾ ਟੀਵੀ ਤੇ ਫੈਮਿਲੀ ਇੱਕ ਹੋਰ ਟੀਵੀ ਚੈਨਲ ਇਹਨਾਂ ਦਾ ਬਾਈਆਂ ਦਾ, ਪ੍ਰੀਤ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਫੇਰ ਆ ਗਿਆ, ਸਤਵਿੰਦਰ ਕੌਰ, ਹਰਜਿੰਦਰ ਕੌਰ, ਹਾਂ ਤੇ ਜਸਵੰਤ ਕੌਰ ਜੀ ਤੇ ਚੰਨੋ ਸਰਪੰਚਨੀ ਤੇ ਹਰਪ੍ਰੀਤ ਸਿੰਘ, ਅਨਮੋਲ ਗਗਨ, ਮਨਜੀਤ ਕੌਰ, ਹੀਰਾ 917, ਸੰਦੀਪ, ਡਾਕਟਰ ਸੁਖਰਾਜ ਸਿੰਘ ਮੋਹਰ ਸਿੰਘ ਵਾਲਾ, ਕਰਨ ਸਿੱਧੂ, ਸੁਖਰਾਜ ਸਿੰਘ ਤੇ ਬੱਬੂ ਗਿੱਲ। ਇਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ, ਵੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਕਿਹੜੀ ਸਟੋਰੀ ਹੁੰਦੀ ਹੈ ਉਹ 'ਚ ਕਮੈਂਟ ਆਪਦਾ ਨਾਮ ਤੇ ਲਾਸਟ 'ਤੇ ਲਿਖਿਆ ਕਰੋ, ਪਹਿਲਾਂ ਮੈਸੇਜ ਦਿਆ ਕਰੋ, ਬਹੁਤ ਸੋਹਣੀ ਮੈਸੇਜ ਹੈ ਬਈ, ਐਵੇਂ ਕਮੈਂਟ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ, ਉਹਨਾਂ ਸਪੈਸ਼ਲ 2-3 ਵਾਰੀ ਨਾਮ ਬੋਲਿਆ ਕਰਾਂਗੇ। ਆਪਦੀਆਂ ਤੁਸੀਂ ਫੋਟੋਆਂ ਭੇਜ ਸਕਦੇ ਹੋ ਸਾਨੂੰ ਜੇ ਐਂਡ 'ਤੇ ਲਵਾਉਣੀਆਂ ਹੁੰਦੀਆਂ, 6283-4093 'ਤੇ ਆਪਦੀਆਂ ਫੋਟੋਆਂ ਸੈਂਡ ਕਰਦਿਆ ਕਰੋ ਅਤੇ ਆਪਦਾ ਨਾਮ ਸੈਂਡ ਕਰਦਿਆ ਕਰੋ, ਤੁਹਾਡੀਆਂ ਅਸੀਂ ਫੋਟੋਆਂ ਐਂਡ 'ਤੇ ਦਿਖਾ ਦਿਆ ਕਰਾਂਗੇ, ਠੀਕ ਹੈ ਬਈ ਜੀ। ਅਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ, ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ। ਤੇ ਸਾਨੂੰ ਇਹ ਵੀ ਦੱਸਿਆ ਕਰੋ ਜੀ ਕਿ ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗਦੀ ਹੈ। ਹਾਂ
ਜੇ ਮੈਨੂੰ ਵੱਧ ਤੋਂ ਵੱਧ ਪਿਆਰ ਕਰਦਾ ਸਾਡੇ ਚੈਨਲ ਨੂੰ, ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ, ਜੋ ਕਿ ਚੈਨਲ ਮੇਰਾ ਇਹ ਟੀਮ ਸਾਰੀ ਹੈ, ਮੈਨੂੰ ਵੱਧ ਪਿਆਰ ਕਰਦੇ ਤਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ। ਸਾਰਿਆਂ ਦਾ ਧੰਨਵਾਦ ਜੀ। ਧੰਨਵਾਦ ਜੀ ਸਾਰਿਆਂ ਦਾ।